ਹਾਂਜੀ ਗੁੱਡ ਇਵਨਿੰਗ ਸਟੂਡੈਂਟਸ ਗੁੱਡ ਇਵਨਿੰਗ ਸਾਰੇ ਬੱਚਿਆਂ ਨੂੰ ਐਂਡ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਆਪਣੀ ਪੰਜਾਬੀ ਦੀ ਰਾਜੇ ਕਲਾਸ ਠੀਕ ਹੈ ਸਾਰੇ ਬੱਚਿਆਂ ਨੂੰ ਵੈਰੀ ਗੁੱਡ ਇਵਨਿੰਗ ਰਾਜੇ ਜੋ ਜੋ ਬੱਚੇ ਪਹੁੰਚੇ ਨੇ ਸਾਰੇ ਬੱਚਿਆਂ ਨੂੰ ਵੈਰੀ ਗੁੱਡ ਈਵਨਿੰਗ ਠੀਕ ਹੈ ਐਂਡ ਸਾਰੇ ਬੱਚੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਐਂਡ ਜੋ ਸੈਸ਼ਨ ਇਸ ਨੂੰ ਲਾਈਕ ਕਰ ਦੇਣ ਐਂਡ ਸ਼ੇਅਰ ਕਰ ਦੇਣ ਆਪਣੇ ਆੜੜ ਫਰੈਂਡਸ ਤੱਕ ਠੀਕ ਹੈ ਅੱਜ ਆਪਣੀ ਜੋ ਪੰਜਾਬੀ ਦੀ ਕਲਾਸ ਬੇਟਾ ਪੰਜਾਬੀ ਦੀ ਅੱਜ ਆਪਣੀ 7 ਨੰਬਰ ਕਲਾਸ ਹੈ ਤਾਂ 7 ਨੰਬਰ ਕਲਾਸ 'ਚ ਅੱਜ ਆਪਾਂ ਕੀ ਕਰਾਂਗੇ ਗੁਰੂ ਅੰਗਦ ਦੇਵ ਜੀ ਦੀਆਂ ਜੀਵਨੀ ਅਤੇ ਰਚਨਾਵਾਂ ਦੇ ਬਾਰੇ ਕਰਾਂਗੇ ਜੋ ਗੁਰੂ ਅੰਗਦ ਦੇਵ ਜੀ ਦੀ ਜੀਵਨੀ ਦੇ ਉੱਪਰ ਕੁਐਸਚਨਸ ਆਉਂਦੇ ਨੇ ਐਂਡ ਗੁਰੂ ਅੰਗਦ ਦੇਵ ਜੀ ਦੇ ਰਚਨਾਵਾਂ ਦੇ ਉੱਪਰ ਕੁਐਸਚ ਵੀ ਕੁਆਲੀਫਾਈਇੰਗ ਪੇਪਰਸ ਏ ਦੇ ਉੱਪਰ ਆਪਾਂ ਜੋ ਸਪੈਸ਼ਲ ਕਲਾਸਾਂ ਚੱਲ ਰਹੀਆਂ ਨੇ ਉਸ ਦੇ ਉੱਪਰ ਆਪਾਂ ਜੋ ਇਹ ਕਲਾਸਾਂ ਲਗਾ ਰਹੇ ਹਾਂ ਠੀਕ ਹੈ ਚਲੋ ਆਜੋ ਸਾਰਿਆਂ ਨੇ ਫਿਰ ਆਪਾਂ ਸਟਾਰਟ ਕਰਦੇ ਹਾਂ ਆਪਣੀ ਪੰਜਾਬੀ ਦੀ ਕਲਾਸ ਨੂੰ ਆਜੋ ਸਾਰਿਆਂ ਨੇ ਠੀਕ ਹੈ ਜਲਦੀ ਜਲਦੀ ਆਜੋ ਬੇਟਾ ਜਲ ਹਾਂਜੀ ਆਜੋ ਸਾਰਿਆਂ ਨੇ ਫਿਰ ਆਪਾਂ ਸਟਾਰਟ ਕਰਦੇ ਹਾਂ ਆਪਣੀ ਪੰਜਾਬੀ ਦੀ ਕਲਾਸ ਪੰਜਾਬ ਗੁਰਨਾਨਕ ਦੇਵ ਜੀ ਦੇ ਕੁਐਸਚਨ ਹੋਰ ਵੀ ਹੋਣਗੇ ਹੋ ਸਕਦਾ ਪੇਡ ਵਿੱਚ ਹੋਰ ਵੀ ਇਸ ਤੋਂ ਇਲਾਵਾ ਵੀ ਡਿਟੇਲ ਹੋਵੇ ਠੀਕ ਹੈ ਜੋ YouTube ਵਾਲੇ ਸੀ ਕੀ ਉਹ ਐਨੀ ਡਿਟੇਲ ਸੀ ਬੇਟਾ ਚਲੋ ਆਪਾਂ ਸਟਾਰਟ ਕਰਨੇ ਆ ਆਪਣੀ 7ਵੀਂ ਕਲਾਸ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਬਾਰੇ ਆਪਾਂ ਕਲਾਸ ਸਟਾਰਟ ਕਰਦੇ ਆ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਜੋ ਆਪਣਾ ਰਿਪਬਲਿਕ ਡੇ ਆਫਰ ਚੱਲ ਰਿਹਾ ਬੇਟਾ ਉਹ 26 ਜਨਵਰੀ ਤੱਕ ਕੇ 26 ਜਨਵਰੀ ਤੱਕ ਕੇ ਔਲ ਪੰਜਾਬ ਜੌਬਸ ਦਾ ਬੈਚ ਆਪਣਾ 1499 ਦਾ ਬੇਟਾ ਤੁਸੀਂ ਪਰਚੇਸ ਕਰ ਸਕਦੇ ਹੋ ਐਪਲੀਕੇਸ਼ਨ ਤੋਂ ਜਾ ਕੇ ਠੀਕ ਹੈ ਚਲੋ ਆਪਾਂ ਸਟਾਰਟ ਕਰਦੇ ਆ ਆਪਣੀ ਪਹਿਲਾ ਕੁਐਸਚਨ ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਗੁਰੂ ਅੰਗਦ ਦੇਵ ਜੀ ਦੇ ਬਾਰੇ ਆਪਾਂ ਗੱਲ ਕਰਦੇ ਆ ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਆ ਰਾਜੇ ਗੁਰੂ ਅੰਗਦ ਦੇਵ ਜੀ ਦਾ ਜਨਮ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ਬੇਟਾ 31 ਮਾਰਚ 1504 ਵਿੱਚ ਉਹਨਾਂ ਦਾ ਜਨਮ ਹੋਇਆ 31 ਮਾਰਚ 1504 ਵਿੱਚ ਉਹਨਾਂ ਦਾ ਤੋ ਭਾਵਨਾ ਜਿੰਨਾ ਹੋ ਸਕਦਾ ਹੈ ਇੱਥੇ ਇੱਥੇ ਆਪਣਾ ਕਵਰ ਕਰ ਲਓ ਇਹਦੇ ਨੋਟਸ ਬਣਾ ਲਓ ਠੀਕ ਹੈ ਅਗਰ ਤੁਸੀਂ ਪੇਰ ਨਹੀਂ ਲੈ ਸਕਦੇ ਤਾਂ ਇਸ ਚੀਜ਼ ਦੇ ਤੁਸੀਂ ਨੋਟਸ ਬਣਾ ਸਕਦੇ ਹੋ ਠੀਕ ਹੈ ਜਨਮ ਕਦੋਂ ਹੈ ਬੇਟਾ 31 ਮਾਰਚ 1504 ਇਸਵੀ ਵਿੱਚ ਉਹਨਾਂ ਦਾ ਜਨਮ ਹੋਇਆ ਸਥਾਨ ਕੀ ਸੀ ਬੇਟਾ ਮੱਤੇ ਦੀ ਸਰਾਏ ਮੱਤੇ ਦੀ ਸਰਾਏ ਸ੍ਰੀ ਮੁਕਸਰ ਸਾਹਿਬ ਸ੍ਰੀ ਮੁਕਸਰ ਸਾਹਿਬਸ ਚ ਉਹਨਾਂ ਦਾ ਜਨਮ ਹੋਇਆ ਮੂਡਲਾ ਨਾਮ ਕੀ ਸੀ ਭਾਈ ਲੈਣਾ ਜੀ ਪਾਈ ਲੈਣਾ ਜੀ ਉਹਨਾਂ ਦਾ ਮੁੱਢਲਾ ਨਾਮ ਸੀ ਇਹ ਚੀਜ਼ ਨੋਟ ਕਰ ਲਓ ਠੀਕ ਹੈ ਇਹ ਚੀਜ਼ ਨੋਟ ਕਰ ਲਓ ਬੇਟਾ ਇਹ ਚੀਜ਼ ਨੋਟ ਕਰ ਲਓ ਪਿਤਾ ਫੇਰੂਮਲ ਮਾਤਾ ਦਇਆ ਕੌਰ ਐਂਡ ਪਿਤਾ ਜਿਹੜੇ ਸੀ ਉਹ ਖੱਤਰੀ ਗੋਤਰ ਨਾਲ ਸੰਬੰਧ ਰੱਖਦੇ ਸੀ ਉਹ ਖੱਤਰੀ ਗੋਤਰ ਤੇ ਰਹੇ ਖੱਤਰੀ ਗੋਤਰ ਨਾਲ ਸੰਬੰਧ ਰੱਖਦੇ ਸੀ ਮੋਸਟਲੀ ਖੱਤਰੀ ਗੋਤਰ ਹੀ ਮੋਸਟਲੀ ਜਿਹੜਾ ਹੈਗਾ ਉਹ ਖੱਤਰੀ ਗੋਤਰ ਹੀ ਪੇਪਰ ਚ ਆਉਂਦਾ ਹੈ ਵੀ ਕਿਹੜਾ ਗੋਤਰ ਸੀ ਬੇਟਾ ਤੋ ਖੱਤਰੀ ਗੋਤਰ ਨਾਲ ਹੀ ਸੰਬੰਧ ਰੱਖਦੇ ਸੀ ਖੱਤਰੀ ਗੋਤਰ ਦੇ ਨਾਲ ਹੀ ਖੱਤਰੀ ਗੋਤਰ ਦੇ ਨਾਲ ਹੀ ਸੰਬੰਧ ਰੱਖਦੇ ਸੀ ਇਹ ਚੀਜ਼ ਨੋਟ ਕਰ ਲਓ ਬੇਟਾ ਖੱਤਰੀ ਗੋਤਰ ਦੇ ਨਾਲ ਹੀ ਉਹ ਸੰਬੰਧ ਰੱਖਦੇ ਸੀ ਠੀਕ ਹੈ ਮੁੱਢਲਾ ਨਾਮ ਆ ਪਾਈ ਲੈਣਾ ਜੀ ਬਿਲਕੁਲ ਸਹੀ ਹੈ ਪਿਤਾ ਦਾ ਨਾਮ ਫੇਰੂਮਲ ਜੀ ਮਾਤਾ ਦਾ ਨਾਮ ਦਇਆ ਔਰ ਜੀ ਠੀਕੇ ਐਂਡ ਉਹ ਖੱਤਰੀ ਗੋਤ ਨਾਲ ਸੰਬੰਧ ਰੱਖਦੇ ਸੀ ਇਹਨਾਂ ਬਾਰੇ ਵੀ ਮੋਸਟਲੀ ਕੁਐਸਚਨ ਪੇਪਰ ਦੇ ਵਿੱਚ ਆ ਜਾਂਦਾ ਹੈ ਤਾਂ ਇਹ ਸਾਰੇ ਪੁਆਇੰਟਸ ਨੋਟ ਕਰ ਲਓ ਇਹਨਾਂ ਦੇ ਉੱਪਰ ਕੁਐਸਚਨਸ ਬਣ ਸਕਦਾ ਬੇਟਾ ਠੀਕੇ ਹਾਂਜੀ ਉਹ 베ਦੀ ਫੈਮਲੀ ਉਹ 베ਦੀ ਫੈਮਲੀ ਤੋਂ ਰੱਖੇ ਉਹ 베ਦੀ ਫੈਮਲੀ ਤੋਂ ਬਿਲਕੁਲ ਬਿਲਕੁਲ ਐਂਡ 15 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਹੋ ਗਿਆ ਸੀਗਾ ਬੀਬੀ ਖੀਵੀ ਜੀ ਦੇ ਨਾਲ ਜੋ ਸ਼੍ਰੀ ਦੇਵੀ ਚੰਦ ਦੀ ਪੁੱਤਰੀ ਸੀ ਜੋ ਦੇਵੀ ਚੰਦ ਦੀ ਪੁੱਤਰੀ ਸੀ ਪੁੱਤਰੀ ਸਨ ਠੀਕੇ ਐਂਡ ਦੋ ਪੁੱਤਰ ਹੋਏ ਦਤ ਦਾਤੂ ਐਂਡ ਦਾਸੂ ਐਂਡ ਦੋ ਪੁੱਤਰੀਆਂ ਹੋਈਆਂ ਬੇਟਾ ਕਿਹੜੇ ਕਿਹੜੀਆਂ ਬੀਬੀ ਅਮਰੋ ਐਂਡ ਬੀਬੀ ਅਨੋਖੀ ਨੋਟ ਕਰ ਲਓ ਬੇਟਾ ਦੋ ਮੁੰਡੇ ਐਂਡ ਦੋ ਕੁੜੀਆਂ ਹੋਈਆਂ ਸੀ ਬਾਬਾ ਜੀ ਦੀਆਂ ਦੋ ਮੁੰਡਿਆਂ ਦੇ ਨਾਮ ਜੋ ਪੁੱਤਰਾਂ ਦੇ ਨਾਮ ਦਾਤੂ ਤੇ ਦਾਸੂ ਠੀਕ ਹੈ ਰਾਜੇ ਐਂਡ ਦੋ ਪੁੱਤਰੀਆਂ ਦੇ ਨਾਮ ਕੀ ਹੈ ਬੀਬੀ ਅਮਰੋ ਅਤੇ ਬੀਬੀ ਅਨੋਖੀ ਇਹ ਕੁਐਸਚਨ ਵੀ ਪੇਪਰ 'ਚ ਬਣ ਸਕਦਾ ਹੈ ਇਸ ਦੇ ਉੱਪਰ ਵੀ ਤੁਸੀਂ ਜ਼ਰੂਰ ਗੌਰ ਫਰਮਾਉਣਾ ਇਸ ਦੇ ਉੱਪਰ ਵੀ ਕਿਉਂਕਿ ਮੋਸਟਲੀ ਕੁਐਸਚਨ ਜਿਹੜਾ ਬਣਦਾ ਹੁੰਦਾ ਹੈ ਉਹ ਵਾਈਫ ਦੇ ਉੱਪਰ ਕੁਐਸਚਨ ਬਣ ਸਕਦਾ ਹੈ ਵੀ ਉਹਨਾਂ ਦੀ ਧਰਮ ਪਤਨੀਆਂ ਨਾਮ ਕੀ ਸੀਦਾ ਬੀਬੀ ਖੀਵੀ ਜੀ ਉਹਨਾਂ ਦਾ ਤਰਮ ਪਤਨੀ ਦਾ ਨਾਮ ਸੀ ਇਹ ਵੀ ਚੀਜ਼ ਨੋਟ ਕਰ ਲੈਣਾ ਐਂਡ ਪੁੱਤਰੀਆਂ ਦੇ ਉੱਪਰ ਕੁਐਸਚਨ ਬਣ ਜਾਂਦਾ ਹੁੰਦਾ ਹੈ ਬੀਬੀ ਅਮਰੋ ਦੇ ਉੱਪਰ ਵੀ ਕੁਐਸਚਨ ਬਣ ਜਾਂਦਾ ਹੁੰਦਾ ਹੈ ਐਂਡ ਬੀਬੀ ਅਨੋਖੀ ਦੇ ਉੱਪਰ ਕੁਐਸਚਨ ਬਣ ਜਾਂਦਾ ਹੈ ਇਹ ਚੀਜ਼ ਵੀ ਬੇਟਾ ਨੋਟ ਕਰ ਲੈਣੀ ਇਹ ਵੀ ਚੀਜ਼ ਇੰਪੋਰਟੈਂਟ ਹੈਗੀ ਏ ਚਲੋ ਨੈਕਸਟ ਕੁਐਸਚਨ ਵੱਧਦੇ ਆ ਨੈਕਸਟ ਕੁਐਸਚਨ ਕੀ ਇਹਦੇ ਵਿੱਚ ਕੀ ਇਹ ਕੀ ਇੰਪੋਰਟੈਂਟ ਕੀ ਇਹਦੇ ਵਿੱਚ ਜਵਾਲਾ ਜੀ ਦੀ ਯਾਤਰਾ ਦੌਰਾਨ ਤਾਂ ਜਵਾਲਾ ਜੀ ਦੀ ਯਾਤਰਾ ਕਰਦੇ ਸੀ ਕਿਉਂਕਿ ਇਹ ਮਾਤਾ ਜੀ ਨੂੰ ਮੰਨਦੇ ਸੀ ਦੁਰਗਾ ਮਾਤਾ ਨੂੰ ਮੰਨਦੇ ਅੱਗੇ ਅੱਗੇ ਕੁਐਸਚਨ ਆਵੇਗਾ ਅੱਗੇ ਆਪਾਂ ਕਰਾਂਗੇ ਠੀਕ ਆ ਇੱਥੇ ਪਿਆ ਤਾਂ ਦੁਰਗਾ ਮਾਤਾ ਦੇ ਭਗਤਸਨ ਦੁਰਗਾ ਮਾਤਾ ਦੇ ਭਗਤਸਨ ਬੇਟਾ ਦੁਰਗਾ ਮਾਤਾ ਦੇ ਭਗਤਸਨ ਤਾਂ ਇਨ ਇਹ ਜਦੋਂ ਜਦੋਂ ਜਵਾਲਾ ਜੀ ਦੀ ਯਾਤਰਾ ਕਰ ਦੇ ਦੌਰਾਨ ਇਹ ਕਰਤਾਰਪੁਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਸੀ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਸੀ ਐਨ ਕਈ ਵਾਰੀ ਨਾ ਕੁਐਸਚਨ ਪੇਪਰ ਪੇਪਰਸ ਨਾ ਕੁਐਸਚਨ ਆ ਜਾਂਦਾ ਹੈ ਵੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਬਾਣੀ ਤੋਂ ਇਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸੀਗੇ ਤਾਂ ਕਿਹੜੀ ਬਾਣੀ ਤੋਂ ਪ੍ਰਭਾਵਿਤ ਹੋਏ ਸੀ ਜਪਜੀ ਸਾਹਿਬ ਦੀ ਗੁਰਨਾਨਕ ਦੇਵ ਜੀ ਦੀ ਜਪਜੀ ਜਪ ਜਪਜੀ ਜਪਜੀ ਗੁਰਨਾਨਕ ਦੇਵ ਜੀ ਜੀ ਜਪਜੀ ਸਾਹਿਬ ਗੁਰਨਾਨਕ ਦੇਵ ਜੀ ਦੀ ਜਪਜੀ ਸਾਹਿਬ ਬਾਣੀ ਤੋਂ ਗੁਰਨਾਨਕ ਦੇਵ ਜੀ ਜਪਜੀ ਸਾਹਿਬ ਬਾਣੀ ਤੋਂ ਜਿਹੜਾ ਹੈਗਾ ਗੁਰੂ ਅੰਗਦ ਦੇਵ ਜੀ ਬਹੁਤ ਪ੍ਰਭਾਵਿਤ ਹੋਏ ਬੇਟਾ ਠੀਕ ਹੈ ਬਹੁਤ ਪ੍ਰਭਾਵਿਤ ਹੋਏ ਤੇ ਉਹ ਗੁਰਨਾਨਕ ਦੇਵ ਜੀ ਦੇ murid ਹੋ ਗਏ ਸੀਗੇ ਬੇਟਾ ਨੋਟ ਕਰ ਲਓ ਐਂਡ ਇਸ ਤੋਂ ਪਹਿਲਾਂ ਉਹ ਮਾਤਾ ਦੁਰਗਾ ਦੇ ਪਾਕਿਸਤਾਨ ਮਾਤਾ ਦੁਰਗਾ ਦੇ ਪਾਕਿਸਤਾਨ ਤਾਂ ਹੀ ਉਹ ਜਵਾਲਾ ਜੀ ਦੀ ਯਾਤਰਾ ਤੇ ਗਏ ਹੋਏ ਸੀ ਠੀਕ ਹੈ ਗੱਦੀ ਕਦੋਂ ਮਿਲੀ ਉਹਨਾਂ ਨੂੰ ਬੇਟਾ ਗੱਦੀ ਉਹਨਾਂ ਨੂੰ ਮਿਲੀ 1539 ਵਿੱਚ ਉਹਨਾਂ ਨੂੰ ਗੱਦੀ ਮਿਲੀ 1500 ਹੁਣ ਨੋਟ ਕਰ ਲਓ ਬੇਟਾ ਸਿੱਖਾਂ ਦੇ ਪਹਿਲੇ ਗੁਰੂ ਕੌਣ ਸਨ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੂੰ ਪ੍ਰਮਾਤਮਾ ਵੱਲੋਂ ਹੀ ਗੱਦੀ ਮਿਲੀ ਸੀ ਠੀਕ ਹੈ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੂੰ ਜੋ ਆਪਣੇ ਕੋਲ ਗਿਆਨ ਦੀ ਪ੍ਰਾਪਤੀ ਕਦੋਂ ਹੋਈ ਸੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਆਪਣੇ 1499 ਦੇ ਵਿੱਚ 1499 ਵਿੱਚ ਗੁਰੂ ਨਾਨਕ ਦੇਵ ਜੀ ਨੂੰ ਆ ਕੀ ਹੋਈ ਸੀਗੀ ਗਿਆਨ ਦੀ ਪ੍ਰਾਪਤੀ ਹੋਈ ਸੀ ਵੇਈ ਨਦੀ ਵਿੱਚ ਸੁਲਤਾਨਪੁਰ ਲੋਧੀ ਵੇਈ ਨਦੀ ਵਿੱਚ ਉਹਨਾਂ ਨੂੰ ਵੇਈ ਨਦੀ ਵਿੱਚ ਉਹਨਾਂ ਨੂੰ ਜਿਹੜੀ ਹੈਗੀ ਏ ਜਦੋਂ ਟੁੱਪਕੀ ਬਾਅ ਕੇ ਤਿੰਨ ਦਿਨਾਂ ਬਾਅਦ ਬਾਹਰ ਆਏ ਸੀ ਤਾਂ ਉਹਨੂੰ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਤਿੰਨ ਦਿਨ ਹੈਨਾ ਤਾਂ 30 ਸਾਲਾਂ ਬਾਅਦ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਇਹ ਵੀ ਚੀਜ਼ ਨੋਟ ਕਰਨ ਵਾਲੀ ਹੈ ਠੀਕ ਹੈ ਐਂਡ 1539 ਵਿੱਚ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਤੇ 1539 ਵਿੱਚ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਮਿਲ ਗਈ ਤਾਂ ਗੁਰਮੁਖੀ ਲਿਪੀ ਦਾ ਵਿਕਾਸ ਕੀਤਾ ਇਹ ਵੀ ਚੀਜ਼ ਨੋਟ ਕਰ ਲਓ ਬੇਟਾ ਗੁਰਮੁਖੀ ਲਿਪੀ ਦਾ ਵਿਕਾਸ ਕੀਤਾ ਸੀ ਗੁਰਮੁਖੀ ਲਿਪੀ ਦਾ ਵਿਕਾਸ ਕੀਤਾ ਸੀ ਇਹ ਵੀ ਚੀਜ਼ ਨੋਟ ਕਰ ਲਓ ਬੇਟਾ ਇਹ ਵੀ ਚੀਜ਼ ਇੰਪੋਰਟੈਂਟ ਹੈਗੀ ਠੀਕ ਹੈ ਅਗਰ ਆਪਾਂ ਗੱਲ ਕਰਾਂਗੇ ਗੁਰਮੁਖੀ ਲਿਪੀ ਵਿੱਚ ਲਿਖਿਆ ਗਿਆ ਪਹਿਲਾ ਗ੍ਰੰਥ ਆਦੀ ਗ੍ਰੰਥੀ ਹੈ ਹੁਣ ਆਦ ਆਦੀ ਆਦੀ ਗ੍ਰੰਥ ਹੈ ਨੋਟ ਕਰ ਲਓ ਬੇਟਾ ਗੁਰਮੁਖੀ ਲਿਪੀ ਵਿੱਚ ਕੁਐਸਚਨ ਇਹ ਵੀ ਬਣ ਸਕਦਾ ਵੀ ਗੁਰਮੁਖੀ ਲਿਪੀ ਵਿੱਚ ਪਹਿਲਾ ਜੋ ਗ੍ਰੰਥ ਕਿਹੜਾ ਲਿਖਿਆ ਗਿਆ ਸੀ ਆਦ ਗ੍ਰੰਥ ਸੀਗਾ ਮਲ ਅਖਾੜੇ ਦੀ ਸਥਾਪਨਾ ਕੀਤੀ ਤਾਂ ਮਲ ਅਖਾੜਾ ਕੀ ਸੀ ਬੇਟਾ ਮਲ ਖਾਲਾ ਕੀ ਸੀ ਆਪਣੀ ਸਿਹਤ ਨੂੰ ਕਾਇਮ ਕਰਨ ਵਾਸਤੇ ਸਿਹਤ ਸਿਹਤ ਸੰਭਾਲ ਸਿਹਤ ਸੰਭਾਲ ਵਾਸਤੇ ਸਿਹਤ ਦੀ ਸੰਭਾਲ ਵਾਸਤੇ ਇਹਨਾਂ ਨੇ ਕੀਤਾ ਸੀ ਸਿਹਤ ਦੀ ਸੰਭਾਲ ਵਾਸਤੇ ਇਹਨਾਂ ਨੇ ਸੰਭਾਲ ਵਾਸਤੇ ਕੀਤਾ ਸੀ ਸਿਹਤ ਨੂੰ ਸੰਭਾਲਣ ਵਾਸਤੇ ਜਿਹੜਾ ਹੈਗਾ ਸਿਹਤ ਦੀ ਸੰਭਾਲ ਵਾਸਤੇ ਇਹਨਾਂ ਨੇ ਮੋਸਟਲੀ ਜਿਹੜਾ ਹੈਗਾ ਸਿਹਤ ਪ੍ਰੈਕਟਿਸ ਵਾਸਤੇ ਕਹੋ ਅੱਜਕੱਲ ਜਿਮ ਚੱਲਦੀ ਹੈ ਅੱਜਕੱਲ ਜਿੰਮਾਂ ਚੱਲਦੀਆਂ ਨੇ ਉਦੋਂ ਕੀ ਚੱਲਦਾ ਸੀ ਉਦੋਂ ਮਲ ਅਖਾੜਾ ਚੱਲਦਾ ਸੀ ਸੀ ਉਦੋਂ ਮੱਲ ਅਖਾੜਾ ਚੱਲਦਾ ਹੁੰਦਾ ਸੀ ਤਾਂ ਇਹਨਾਂ ਨੇ ਮੱਲ ਅਖਾੜੇ ਦੀ ਸਥਾਪਨਾ ਕੀਤੀ ਸੀ ਇਹਨਾਂ ਨੇ ਮੱਲ ਅਖਾੜੇ ਦੀ ਸਥਾਪਨਾ ਕੀਤੀ ਸੀ ਇਹ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹ ਚੀਜ਼ ਤੁਸੀਂ ਨੋਟ ਕਰ ਲੈਣਾ ਬੇਟਾ ਨੈਕਸਟ ਕੁਐਸਚਨ ਆਵਦ ਨੇ ਨੈਕਸਟ ਕੁਐਸਚਨ ਕਿ ਇਸ ਚੀਜ਼ ਦਾ ਸਕਰੀਨਸ਼ਾਟ ਲੈ ਕੇ ਰੱਖ ਲਓ ਤਾਂ ਨੈਕਸਟ ਕੀ ਆਪਣੇ ਕੋਲ ਖੰਡੂਰ ਸਾਹਿਬ ਖੰਡੂਰ ਸਾਹਿਬ ਤਰਨਤਾਰਨ ਜ਼ਿਲ੍ਹਾ ਤਰਨਤਾਰਨਤਾਰਨ ਦੇ ਵਿੱਚ ਜਿਹੜਾ ਹੈਗਾ ਸੀ ਇਹਨਾਂ ਨੇ ਖੰਡੂਰ ਸਾਹਿਬ ਜਿਹੜਾ ਹੈਗਾ ਸੀ ਸ਼ਹਿਰ ਤੋਂ ਆਇਆ ਸੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਕੱਠਾ ਕੀਤਾ ਗੁਰੂ ਨਾਨਕ ਦੇਵ ਜੀ ਦੀ ਜਿੰਨੀ ਵੀ ਬਾਣੀ ਸੀ ਉਹਨਾਂ ਨੂੰ ਇਕੱਠਾ ਕੀਤਾ ਇਹਨਾਂ ਨੇ ਗੁਰਬਾਣੀ ਦੇ ਵਿੱਚ 62 ਸ਼ਬਦ ਐਡ ਕੀਤੇ ਸ਼ੋ ਇਹਨਾਂ ਨੇ ਗੁਰਬਾਣੀ ਦੇ ਵਿੱਚ 62 ਸ਼ਬਦ 62 ਸ਼ਬਦ ਮੀਨਸ ਬਾਅਦ ਸ਼ਬਦਾਂ ਦੀ ਰਚਨਾ ਕੀਤੀ ਸੀ ਇਹ ਵੀ ਇੰਪੋਰਟੈਂਟ ਹੈ ਠੀਕ ਹੈ 1540 ਵਿੱਚ ਸ਼ੇਰ ਸ਼ਾਹ ਤੋਂ ਹਾਰਨ ਤੋਂ ਬਾਅਦ ਮੁਗਲ ਬਾਦਸ਼ਾਹ ਹਮਾਇਉ ਅਸ਼ੀਰਵਾਦ ਲੈਣ ਆਇਆ ਸੀ ਇਹ ਵੀ ਚੀਜ਼ ਨੋਟ ਕਰ ਲਓ ਬੇਟਾ ਐਂਡ ਉਦਾਸੀ ਮੰਤ ਮਤ ਦਾ ਖੰਡਨ ਕੀਤਾ ਸੀ ਇਹਨਾਂ ਨੇ ਉਦਾਸੀ ਮਤ ਦਾ ਖੰਡਨ ਕੀਤਾ ਸੀ ਕਿਉਂਕਿ ਇਹਨਾਂ ਨੂੰ ਇਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੋ ਆਪਣੇ ਕਹਿ ਦੋ ਆ ਕੀ ਕਹਿ ਸਕਦੇ ਹੋ ਜੋ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਆ ਪਸ਼ੋਕੜ ਦੇ ਲੋਕ ਕਹਿ ਲੋ ਪਸ਼ੋਕੜ ਕਹਿ ਲੋ ਜਾਂ ਗੁਰੂ ਨਾਨਕ ਦੇਵ ਜੀ ਦੇ ਪਰਿਵਾਰਕ ਦੇ ਲੋਕ ਕਹਿ ਲੋ ਉਹਨਾਂ ਨੇ ਇਹਨਾਂ ਨੂੰ ਕਰਤਾਰਪੁਰ ਤੋਂ ਕੱਢਤਾ ਸੀਗਾ ਗੁਰੂ ਅੰਗਦ ਦੇਵ ਜੀ ਨੂੰ ਕਰਤਾਰਪੁਰ ਤੋਂ ਕੱਢਤਾ ਸੀਗਾ ਠੀਕ ਹੈ ਤਾਂ ਤਾਂ ਕਿਉਂਕਿ ਬਾਬਾ ਸ਼੍ਰੀ ਚੰਦ ਬਾਬਾ ਤਾਂ ਤਾਂ ਨੂੰ ਪਤਾ ਹੀ ਹੈ ਵੀ ਉਹ ਕਿਉਂ ਉਦਾਸੀ ਮਤ ਉਦਾਸੀ ਮਤ ਕੈਮ ਕੈਮ ਕੀਤਾ ਆਇਆ ਸੀ ਹੁਣ ਉਦਾਸੀ ਮਤ ਕੀ ਸੀ ਉਦਾਸੀ ਮਤ ਕੀ ਸੀ ਕਈ ਵਾਰੀ ਕੁਐਸਚਨ ਆ ਜਾਂਦਾ ਉਦਾਸੀ ਮਤ ਕੀ ਸੀ ਉਦਾਸੀ ਮਤ ਚ ਕੀ ਹੁੰਦਾ ਬੇਟਾ ਉਦਾਸੀ ਮਤ ਉਹ ਵਾਲਾ ਮਤ ਸੀਗਾ ਜ ਜਿੰਨਾ ਵਿੱਚ ਪੂਰਾ ਐਕਸਪਲੇਨ ਕੀਤਾ ਗਿਆ ਸੀਗਾ ਵੀ ਜੋ ਭਗਤੀ ਕਰਨੀ ਹੈ ਭਗਤੀ ਕਰਨੀ ਉਸ ਜੰਗਲਾਂ ਜਾ ਕੇ ਭਗਤੀ ਕਰੋ ਇਕੱਲੇ ਰਹਿ ਕੇ ਭਗਤੀ ਕਰੋ ਮੀਨਸ ਦੁਨੀਆ ਪੂਰੀ ਤਿਆਗ ਦਿਓ ਤੇ ਰੱਬ ਦਾ ਰੱਬ ਦੇ ਕੰਮ ਰੱਬ ਦੇ ਨਾਮ ਦੇ ਵਿੱਚ ਲੀਨ ਹੋ ਜਾਓ ਠੀਕ ਹੈ ਪਰ ਸਿੱਖ ਧਰਮ ਦੇ ਵਿੱਚ ਕੀ ਸੀਗਾ ਸਿੱਖ ਧਰਮ ਗ੍ਰਹਿਸਤੀ ਜੀਵਨ ਵਿੱਚ ਵਿਸ਼ਵਾਸ ਰੱਖਦੇ ਸਨ ਗ੍ਰਹਿਸਤੀ ਜੀਵਨ ਵਿੱਚ ਵਿਸ਼ਵਾਸ ਰੱਖਦੇ ਨੇ ਸਿੱਖ ਧਰਮ ਸਿੱਖ ਧਰਮ ਤੇ ਇੱਕ ਉਦਾਸੀ ਮੱਥ ਦੇ ਵਿੱਚ ਇਹ ਡਿਫਰੈਂਸ ਹੈਗਾ ਉਦਾਸੀ ਮੱਥ ਮੀਨਸ ਸਭ ਕੁਝ ਤਿਆਗ ਦੇਣਾ ਠੀਕ ਹੈ ਇਕੱਲੇ ਰਹਿ ਕੇ ਪੂਜਾ ਕਰਨੀ ਇਕੱਲੇ ਰਹਿ ਕੇ ਪਾਠ ਕਰਨਾ ਕੋਈ ਕਿਸੇ ਨਾਲ ਗੱਲਬਾਤ ਨਹੀਂ ਕੋਈ ਵਿਆਹ ਸ਼ਾਦੀ ਨਹੀਂ ਆਪਦਾ ਮੀਨਸ ਗ੍ਰਹਿਸਤੀ ਜੀਵਨ ਤਿਆਗ ਦੇਣਾ ਤੇ ਸਿੱਖ ਧਰਮ ਦੇ ਵਿੱਚ ਕੀ ਸੀਗਾ ਗ੍ਰਹਿਸਤੀ ਜੀਵਨ ਜਿਹੜਾ ਹੈਗਾ ਗ੍ਰਹਿਸਤੀ ਜੀਵਨ ਗ੍ਰਸਤ ਜੀਵਨ ਬੇਟਾ ਕੀ ਹੈ ਗ੍ਰਸਤ ਜੀਵਨ ਨੂੰ ਰੱਖਿਆ ਜਾਂਦਾ ਸੀ ਨਾਲ ਠੀਕ ਹੈ ਇਹ ਚੀਜ਼ਾਂ ਨੋਟ ਕਰ ਲਓ ਇਹ ਚੀਜ਼ਾਂ ਇੰਪੋਰਟੈਂਟ ਨੇ ਇਹ ਚੀਜ਼ਾਂ ਸਕਰੀਨਸ਼ਾਟ ਲੈ ਲਓ ਇਹਨਾਂ ਨੇ ਇਹਨਾਂ ਨਾਲ ਹੀ ਤੁਹਾਡਾ ਜਿਹੜਾ ਹੈਗਾ ਉਹ ਪੇਪਰ ਦੇ ਵਿੱਚ ਕੁਝ ਬਣਨਾ ਹੈ ਠੀਕ ਹੈ ਇਹਨਾਂ ਦੇ ਨਾਲ ਹੀ ਪੇਪਰ 'ਚ ਬਣਨਾ ਹੈ ਅੱਗੋਂ ਕੀ ਹੈ ਉਦਾਸੀ ਮੱਤ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸ੍ਰੀ ਚੰਦ ਨੇ ਕੀਤੀ ਸੀ ਉਦਾਸੀ ਮੱਤ ਦੀ ਜਿਹੜੀ ਸਥਾਪਨਾ ਸੀਗੀ ਉਦਾਸੀ ਮੱਤ ਦੀ ਸਥਾਪਨਾ ਕਿੰਨੇ ਕੀਤੀ ਸੀਗੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸ੍ਰੀ ਚੰਦ ਨੇ ਕੀਤੀ ਸੀ ਉਦਾਸੀ ਮੱਤ ਕੀ ਹੈ ਤਿਆਗਨਾ ਤਪੱਸਿਆ ਸਭ ਕੁਝ ਤਿਆਗ ਦੇਣਾ ਪਰ ਸ ਗ੍ਰੈਸ ਦੀ ਜੀਵਨ ਵਿੱਚ ਵਿਸ਼ਵਾਸ ਰੱਖਦਾ ਸੀ ਇਹ ਚੀਜ਼ਾਂ ਨੋਟ ਕਰ ਲਓ ਇਹ ਚੀਜ਼ ਨੋਟ ਕਰ ਲਓ ਬੇਟਾ ਇਹ ਚੀਜ਼ ਨੋਟ ਕਰ ਲਓ ਬਿਲਕੁਲ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਤਾਂ ਉਦਾਸੀ ਮਤ ਦਾ ਖੰਡਨ ਸਭ ਤੋਂ ਪਹਿਲਾਂ ਉਦਾਸੀ ਮਤ ਦਾ ਖੰਡਨ ਸਭ ਤੋਂ ਪਹਿਲਾਂ ਬਿਲਕੁਲ ਸਹੀ ਹੈ ਗੁਰੂ ਨਾਨਕ ਦੇ ਗੁਰੂ ਨਾਨਕ ਦੇਵ ਜੀ ਦੇ ਜੋ بیٹے ਸ਼੍ਰੀ ਚੰਦ ਨੇ ਉਦਾਸੀ ਮਤ ਦਾ ਸਟਾਰਟ ਕੀਤਾ ਸੀ ਉਹਦਾ ਖੰਡਨ ਸਭ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਨੇ ਕੀਤਾ ਬਿਲਕੁਲ ਸਹੀ ਗੁਰੂ ਅੰਗਦ ਦੇਵ ਜੀ ਨੇ ਕੀਤਾ ਤਾਂ ਇਹ ਚੀਜ਼ ਨੋਟ ਕਰ ਲਓ ਉਦਾਸੀ ਮਤ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸ਼੍ਰੀ ਚੰਦ ਦੁਆਰਾ ਕੀਤੀ ਗਈ ਉਦਾਸੀ ਮਤ ਤਿਆਗ ਉਦਾਸੀ ਮਤ ਕੀ ਸੀ ਤਿਆਗ ਤਿਆਗ ਮੀਨਸ ਤਪੱਸਿਆ ਨੂੰ ਕਹਿੰਦੇ ਸੀ ਠੀਕ ਹੈ ਪਰ ਸਿੱਖ ਧਰਮ ਵਿੱਚ ਕੀਏ ਗ੍ਰੈਸ ਗ੍ਰੈਸਤ ਜੀਵਨ ਗ੍ਰੈਸਤ ਜੀਵਨ ਜਿਹੜਾ ਵਿਸ਼ਵਾਸ ਰੱਖਦੇ ਸੀ ਕਿੰਦੇ ਵਿੱਚ ਵਿਸ਼ਵਾਸ ਰੱਖਦੇ ਸੀ ਗ੍ਰੈਸਤ ਜੀਵਨ ਵਿੱਚ ਵਿਸ਼ਵਾਸ ਰੱਖਦੇ ਸੀ ਠੀਕ ਹੈ ਗ੍ਰੈਸਤ ਜੀਵਨ ਵਿੱਚ ਵਿਸ਼ਵਾਸ ਰੱਖਦੇ ਸੀ ਐਂ ਸੈਸ਼ਨ ਨੂੰ ਸ਼ੇਅਰ ਕਰ ਦਿਓ ਐਂ ਲਾਈਕ ਕਰ ਦਿਓ ਬੇਟਾ ਸਾਰੇ ਜਣੇ ਪਹਿਲਾਂ ਸਭ ਤੋਂ ਪਹਿਲਾਂ ਸੈਸ਼ਨ ਨੂੰ ਲਾਈਕ ਕਰ ਦਿਓ ਜੋ ਬੱਚੇ ਬੈਠੇ ਹੋ ਸਾਰੇ ਜਣੇ ਜਿਹੜੇ ਹੈਗੇ ਨੇ ਉਹ ਲਾਈਕ ਕਰ ਦਿਓ ਉਹ ਲਾਈਕ ਕਰ ਦਿਓ ਰਾਜ ਲਾਈਕ ਕਰ ਦਿਓ ਸਾਰੇ ਜਣ ਜਿਹੜਾ ਉਹ ਲਾਈਕ ਕਰ ਦਿਓ ਠੀਕ ਹੈ ਐਂਡ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਭਾਈ ਬਾਲਾਜੀ ਤੋਂ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸੰਬੰਧੀ ਜਨਮ ਸਾਖੀ ਲਿਖਵਾਈ ਸੀ ਠੀਕ ਹੈ ਤਾਂ ਬਾਇਓਗ੍ਰਾਫੀ ਲਿਖਵਾਈ ਸੀ ਹਨਾ ਤਾਂ ਉਸ ਤੋਂ ਬਾਅਦ ਕੀ ਹੈਗਾ ਜਿਸ ਨੂੰ ਪਾਈ ਬਾਲਾਜੀ ਵਾਲੀ ਜਨਮ ਸਾਖੀ ਕਿਹਾ ਜਾਂਦਾ ਹੁਣ ਹੁਣ ਆ ਪੂਰਨ ਮਾਸ਼ੀ ਦੀ ਕਤਕ ਕੱਤਕ ਦੀ ਪੂਰਨਮਾਸ਼ੀ ਤੁਸੀਂ ਪੜਿਆ ਹੋਣਾ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜਾ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ ਸੀਗਾ ਐਸ ਪਰ ਪਾਈ ਬਾਲਾ ਜਨਮ ਸਾਖੀ ਐਸ ਪਰ ਪਾਈ ਬਾਲਾ ਜਨਮ ਸਾਖੀ ਆਪਾਂ ਕੱਲ ਹੀ ਕਰਕੇ ਹਟਿਆ ਠੀਕ ਹੈ ਤਾਂ ਪਾਈ ਬਾਲਾ ਜੀ ਨੂੰ ਕਿੰਨਾ ਨੇ ਕਿਹਾ ਸੀ ਗੁਰੂ ਅੰਗਦ ਦੇਵ ਜੀ ਨੇ ਕਿਹਾ ਸੀ ਵੀ ਤੁਸੀਂ ਸਾਰੀ ਬਾਣੀ ਇਕੱਠੀ ਕਰੋ ਤੇ ਆਪਾਂ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਨੂੰ ਇਕੱਠੀ ਕਰਨੀ ਆ ਤੇ ਉਹਨਾਂ ਦੇ ਜਨਮ ਸਾਖੀ ਲਿਖੀ ਸੀ ਬਾਇਓਗ੍ਰਾਫੀ ਲਿਖੀ ਸੀ ਬਾਇਓਗ੍ਰਾਫੀ ਵਿੱਚ ਮੈਂਸ਼ਨ ਕੀਤਾ ਸੀ ਗੁਰੂ ਨਾਨਕ ਦੇਵ ਜੀ ਦਾ ਜਨਮ ਜਿਹੜਾ ਹੈਗਾ ਉਹ ਨਨਕਾਣਾ ਸਾਹਿਬ ਜੋ ਪਾਕ ਸਤੰਦ ਦੇ ਵਿੱਚ ਹੈਗਾ ਠੀਕ ਹੈ ਰਾਏ ਪੋਈ ਦੀ ਤਲਵੰਡੀ ਜੋ ਨਨਨਕਾਨਾ ਸਾਹਿਬ ਉੱਥੇ ਕਤਕ ਦੀ ਪੂਰਨਮਾਸੀ ਨੂੰ ਹੋਇਆ ਸੀ ਕਦੋਂ ਹੋਇਆ ਸੀ ਕਤਕ ਦੀ ਪੂਰਨਮਾਸੀ ਨੂੰ ਹੋਇਆ ਸੀ ਕਤਕ ਦੀ ਪੂਰਨਮਾਸੀ ਨੂੰ ਹੋਇਆ ਸੀ ਬੇਟਾ ਇਹ ਚੀਜ਼ ਨੋਟ ਕਰ ਲਓ ਰਾਜੇ 62 ਨੇ 62 ਸ਼ਬਦ ਨੇ 62 ਸ਼ਬਦ ਨੇ 63 ਨਹੀਂ ਹੈਗੇ ਬੇਟਾ 62 ਹੀ ਨੇ 62 ਇਹ ਮੈਂ ਤਾਂ ਅੱਜ ਤੱਕ ਬੇਟਾ 62 ਹੀ ਪੜਿਆ ਤਾਂ 62 ਸ਼ਬਦ ਹੀ ਨੇ ਕਿੰਨੇ ਸ਼ਬਦ ਨੇ 62 ਸ਼ਬਦ ਹੀ ਨੇ 63 ਸ਼ਬਦ ਨਹੀਂ ਹੈਗੇ ਇਹ ਚੀਜ਼ ਨੋਟ ਕਰ ਲਓ ਬੇਟਾ ਇਹ ਚੀਜ਼ ਨੋਟ ਕਰ ਲੋ ਇਹ ਪੇਪਰ ਵਾਸਤੇ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਇਹ ਪੇਪਰ ਜਿਹਦਾ ਪੇਪਰ ਵਾਸਤੇ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ ਤਾਂ ਰਤੋਸ਼ ਕੁਮਾਰ ਕਲਰਕ ਆਰਰਬੀ ਵਾਜੀਵਾ ਨੈਕਸਟ ਨੈਕਸਟ ਆਪਾਂ ਗੱਲ ਕਰੀਏ 1526 ਵਿੱਚ ਖੰਡੂਰ ਸਾਹਿਬ ਆ ਗਏ 1526 ਵਿੱਚ ਖੰਡੂਰ ਸਾਹਿਬ ਆ ਗਏ ਸੀ ਆਪ ਜੀ ਨੇ 73 ਸਾਲਾਂ ਦੇ ਸ਼ਿਸ਼ 73 ਸਾਲਾਂ ਦੇ ਜੋ ਸ਼ਿਸ਼ੇਗੇ ਸੀਗੇ ਅਮਰਦਾਸ ਜੀ ਨੂੰ ਤੀਜੇ ਗੁਰੂ ਦੇ ਰੂਪ ਵਿੱਚ ਚੁਣਿਆ ਸੀ ਤੇ ਤੀਜੇ ਗੁਰੂ ਦੇ ਰੂਪ ਚੁਣਿਆ ਸੀ ਤੇ 1500 52 ਦੇ ਵਿੱਚ ਆਪ ਖੰਡੂਰ ਸਾਬ ਦੇ ਵਿੱਚ ਜੋਤੀ ਜੋਤ ਸਮਾ ਗਏ ਸੀ ਤੁਹਾਨੂੰ ਸਭ ਨੂੰ ਪਤਾ ਹੈ ਵੀ ਆਪਣੇ ਸਭ ਤੋਂ ਆ ਆਪਾਂ ਕਹਿ ਦੋ ਵੀ ਸਭ ਤੋਂ ਵੱਧ ਉਮਰ ਦੇ ਵਿੱਚ ਗੁਰੂ ਅਮਰਦਾਸ ਜੀ ਜਿਹੜੇ ਹੈਗੇ ਨੇ ਉਹ ਕੀ ਉਹ ਗੁਰੂ ਬਣੇ ਸੀ ਹਨਾ 1552 ਜਦੋਂ ਉਹ ਬਣੇ ਸੀਗੇ ਉਦੋਂ 73 ਸਾਲਾਂ ਦੇ ਸੀ ਕਿੰਨੇ ਦੇ ਸੀ 73 ਸਾਲਾਂ ਦੇ ਸੀ ਰਾਜੇ ਤਾਂ ਗੁਰੂ ਅਮਰਦਾਸ ਜੀ ਦਾ ਬਰਥ ਹੈਗਾ ਪਰ ਲਗਾਈਏ ਗੁਰੂ ਅਮਰਦਾਸ ਦਾ ਬਰਥ ਤਾਂ ਉਹ 1400 ਤੇ 69 ਈਸਵੀ ਵਿੱਚ ਆਉਂਦਾ 1469 ਈਸਵੀ ਵਿੱਚ ਬਰਥ ਹੈਗਾ ਗੁਰੂ ਅਮਰਦਾਸ ਜੀ ਦਾ ਗੁਰੂ ਅਮਰਦਾਸ ਜੀ ਦਾ ਜਿਹੜਾ ਗੁਰੂ ਅਮਰਦਾਸ ਜੀ ਦਾ ਬਰਥ ਹੈਗਾ ਬੇਟਾ ਉਹ ਅਮਰਦਾਸ ਜੀ ਦਾ ਬਰਥ ਹੈਗਾ ਉਹ 1469 ਈਸਵੀ ਵਿੱਚ 1469 ਈਸਵੀ ਵਿੱਚ ਆਉਂਦਾ ਠੀਕ ਹੈ 1469 ਈਸਵੀ ਵਿੱਚ ਉਹਨਾਂ ਦਾ ਬਰਥ ਹੋਇਆ ਤਾਂ ਹੀ ਉਹ ਇੱਥੇ 73 ਸਾਲ ਬਣਦੇ ਨੇ ਕਿਉਂਕਿ 52 ਤੇ 21 52 ਤੇ 21 ਜਿਹੜੇ ਗਏ ਨੇ ਉਹ ਜਿਹੜੇ ਨੇ 73 ਸਾਲ ਬਣਨਗੇ ਬੇਟਾ ਇਹ ਚੀਜ਼ ਨੋਟ ਕਰ ਲਓ ਇਹ ਚੀਜ਼ ਨੋਟ ਕਰ ਲਓ ਬੇਟਾ ਇਹ ਇੰਪੋਰਟੈਂਟ ਹੈ ਠੀਕ ਹੈ ਤਾਂ ਇਹ ਆਈ ਥਿੰਕ 1500 ਤੇ 74 ਤੱਕ ਰਹਿਣੇ 1574 ਤੱਕ ਰਹਿਣੇ ਗੁਰੂ ਅਮਰਦਾਸ ਜੀ ਇਹ ਵੀ ਚੀਜ਼ ਇੰਪੋਰਟੈਂਟ ਹੈ ਇਹ ਵੀ ਪੇਪਰ ਦੇ ਵਿੱਚ ਆ ਸਕਦੀ ਹੈ ਇਹ ਵੀ ਪੇਪਰ ਤਾਂ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਪੋਰਸ਼ਨ ਸੀਗਾ ਜੋ ਆਪਣਾ ਗੁਰੂ ਅੰਗਦ ਦੇਵ ਜੀ ਦੇ ਬਾਰੇ ਆਪਾਂ ਕੀਤਾ ਠੀਕ ਹੈ ਬਟ ਇੱਕ ਵਾਰੀ ਆਪਾਂ ਰਿਪੀਟ ਕਰ ਲੈਨੇ ਆ ਰਿਪੀਟ ਕਰ ਲੈਨੇ ਬੇਟਾ ਜਨਮ ਸਭ ਤੋਂ ਪਹਿਲਾਂ ਤਾਂ ਜਨਮ ਦੀ ਗੱਲ ਹੁੰਦੀ ਤਾਂ ਜਨਮ 31 ਮਾਰਚ 1504 ਨੂੰ ਜਿਹੜੀ ਹੈ ਮੱਤੇ ਦੀ ਸਰਾਏ ਮੁਕਸਰ ਵਿੱਚ ਹੋਇਆ ਮੂੜਾ ਨਾਮ ਤੁਹਾਨੂੰ ਆਜੇ ਦਾ ਪਾਈ ਲੈਣਾ ਜੀ ਲਿਖਣਾ ਹੈ ਪਿਤਾ ਦਾ ਨਾਮ ਆਜੇ ਫੇਰੂਮਲ ਲਿਖਣਾ ਹੈ ਠੀਕ ਹੈ ਮਾਤਾ ਦਾ ਨਾਮ ਆਜੇ ਤਾਂ ਦਇਆ ਕੌਰ ਕੌਰ ਲਿਖਣਾ ਹੈ ਅਤੇ ਅਤੇ ਜਿਹੜਾ ਹੈਗਾ ਹੈ ਪਿਤਾ ਜਿਹੜੇ ਹੈਗੇ ਨੇ ਉਹ ਖੱਤਰੀ ਗੋਤਰਾ ਨਾਲ ਸੰਬੰਧਕ ਸੀ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਪਿਤਾ ਖਤਰੀ ਗੋਤ ਨਾਲ ਸੰਬੰਧ ਗੋਤ ਨਾਲ ਸੰਬੰਧ ਸੀ ਠੀਕ ਹੈ 15 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਹੋ ਗਿਆ ਬੇਟਾ 15 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਹੋ ਗਿਆ ਕਈ ਵਾਰੀ ਕੁਐਸਚਨ ਆ ਜਾਂਦਾ ਵਿਆਹ ਕਰ ਦੋ ਵਿਆਹ ਕਦੋਂ ਹੋਇਆ ਤਾਂ 1519 ਦੇ ਵਿੱਚ ਉਹਨਾਂ ਦਾ ਵਿਆਹ ਹੋ ਗਿਆ ਕੀ ਹੋ ਗਿਆ ਬੇਟਾ ਵਿਆਹ ਹੋ ਗਿਆ 1519 'ਚ ਉਹਨਾਂ ਦਾ ਵਿਆਹ ਹੋ ਗਿਆ ਠੀਕ ਹੈ ਤਾਂ ਬੀਬੀ ਖੀਵੀ ਜੀ ਨਾਲ ਵਿਆਹ ਹੋਇਆ ਜੋ ਕਿ ਦੇਵੀ ਸ਼੍ਰੀ ਦੇਵੀ ਸ਼੍ਰੀ ਦੇਵੀ ਚਾਂਦੇ ਪੁੱਤਰੀ ਸੀ ਦੋ ਪੁੱਤਰ ਹੋਏ ਠੀਕ ਹੈ ਦਾਤੂ ਤੇ ਦਾਸੂ ਇਹ ਵੀ ਚੀਜ਼ ਨੋਟ ਕਰ ਲਓ ਦੋ ਪੁੱਤਰੀਆਂ ਹੋਈਆਂ ਅਮਰੋ ਤੇ ਅਨੋਖੀ ਇਹ ਵੀ ਚੀਜ਼ ਨੋਟ ਕਰ ਲਓ ਇਹ ਵੀ ਪੇਪਰ ਚ ਆ ਸਕਦੀ ਹੈ ਠੀਕੇ ਜਵਾਲਾ ਜੀ ਦੀ ਯਾਤਰਾ ਦੌਰਾਨ ਕਿਉਂਕਿ ਮਾਤਾ ਦੁਰਗਾ ਜੀ ਦੇ ਭਗਤ ਸਨ ਤੇ ਜਵਾਲਾ ਜੀ ਦੀ ਯਾਤਰਾ ਦੌਰਾਨ ਕਰਤਾਰਪੁਰ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਉਹਨਾਂ ਦੀ ਬਾਣੀ ਜਪਜੀ ਸਾਹਿਬ ਪੜ ਕੇ ਸੁਣ ਕੇ ਬਹੁਤ ਸਾਰੇ ਬਹੁਤ ਪ੍ਰਭਾਵਿਤ ਹੋ ਗਏ ਤੇ ਉਹਨਾਂ ਦੇ ਸ਼ਗਿਰਦ ਬਣ ਗਏ ਬੇਟਾ ਠੀਕ ਹੈ ਉਹਨਾਂ ਦੇ ਸ਼ਗਿਰਦ ਬਣ ਗਏ ਤੇ 1539 ਵਿੱਚ ਇਹਨਾਂ ਨੂੰ ਗੁਰਗੱਦੀ ਮਿਲ ਗਈ 1539 ਜਿਹੜਨ ਗੁਰਗੱਦੀ ਮਿਲ ਗਈ ਤੇ 1539 ਤੋਂ ਲੈ ਕੇ ਇਹ 1539 ਤੋਂ ਲੈ ਕੇ 1552 ਤੱਕ ਇੱਕ ਹੀ ਰਹਿਣੇ ਇਹ ਗੱਦੀ ਤੇ ਰਹਿਣੇ ਬੇਟਾ ਠੀਕ ਹੈ ਗੁਰਮੁਖੀ ਲਿਪੀ ਦਾ ਇਹਨਾਂ ਨੇ ਵਿਕਾਸ ਕੀਤਾ ਠੀਕ ਹੈ ਗੁਰਮੁਖੀ ਲਿਪੀ 'ਚ ਪਹਿਲਾ ਗ੍ਰੰਥ ਲਿਖਣ ਵਾਲਾ ਪਹਿਲਾ ਗ੍ਰੰਥ ਕਿਹੜਾ ਹੋਇਆ ਰਾਜੇ ਆਦ ਗ੍ਰੰਥ ਹੋਇਆ ਪਹਿਲਾ ਗ੍ਰੰਥ ਠੀਕ ਹੈ ਮਲ ਖਾੜੇ ਦੀ ਨਨ ਸਥਾਪਨਾ ਕੀਤੀ ਐਸ ਜਿਮ ਆਪਾਂ ਅੱਜ ਦੀ ਟਾਈਪ ਦੀ ਕਹਿ ਲਈਏ ਤਾਂ ਜਿਮ ਕਹਿ ਲਓ ਜਿਮ ਟਾਈਪ ਦੀ ਸਥਾਪਨਾ ਕੀਤੀ ਠੀਕ ਹੈ ਇਹ ਵੀ ਚੀਜ਼ ਇੰਪੋਰਟੈਂਟ ਹੈਗੀ ਹੈ ਕਰਨ ਵਾਸਤੇ ਖੰਡੂਰ ਸਾਹਿਬ ਤਰਨਤਾਰਨ ਸ਼ਹਿਰ ਉਸਾਇਆ ਕਿਉਂ ਉਸਾਇਆ ਕਿਉਂਕਿ ਕਰਤਾਰਪੁਰ ਸਾਹਿਬ ਤੋਂ ਉਹਨਾਂ ਨੂੰ ਕੱਢ ਦਿੱਤਾ ਗਿਆ ਸੀਗਾ ਕਿੰਨਾਂ ਨੇ ਕੱਢਿਆ ਸੀ ਉਦਾਸੀ ਮੱਤ ਵਾਲਿਆਂ ਨੇ ਕੱਢਿਆ ਸੀ ਉਦਾਸੀ ਮੱਤ ਕਿੰਨੇ ਸਟਾਰਟ ਕੀਤਾ ਸੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਬੇਟੇ ਬਾਬਾ ਸ਼੍ਰੀ ਚੰਦ ਨੇ ਸਟਾਰਟ ਕੀਤਾ ਸੀ ਉਦਾਸੀ ਮੱਤ ਕੀ ਸੀਗਾ ਉਦਾਸੀ ਮੱਤ ਹੈਗਾ ਸੀ ਸਭ ਕੁਝ ਤਿਆਗ ਦੇਣਾ ਤਪਸਵੀ ਬਣ ਜਾਣਾ ਠੀਕ ਹੈ ਕਿਵੇਂ ਜਿਵੇਂ ਜਿਵੇਂ ਕਹਿ ਦੋ ਜੰਗਲਾਚ ਪਾਠ ਪੂਇਆ ਜਾ ਕੇ ਪੂਠ ਪਾਠ ਪੂਇਆ ਕਰਨ ਦਾ ਹਿਸਾਬ ਹੋ ਗਿਆ ਤੇ ਇਹ ਸਿੱਖ ਸੀਗੇ ਉਹ ਗ੍ਰੈਸਤ ਜੀਵਨ ਵਿੱਚ ਵਿਸ਼ਵਾਸ ਰੱਖਦੇ ਸੀਗੇ ਠੀਕ ਹੈ ਇਹ ਡਿਫਰੈਂਸ ਹੈਗਾ ਤਾਂ ਇਹਨਾਂ ਨੇ 62 ਸ਼ਬਦ ਜਿਹੜੇ ਨੇ ਰਚਿਤ ਕੀਤੇ ਠੀਕ ਹੈ 1540 ਵਿੱਚ ਇਹਨਾਂ ਕੋਲ ਸ਼ੇਰ ਸ਼ਾ ਤੋਂ ਹਾਰਨ ਤੋਂ ਬਾਅਦ ਮੁਗਲ ਬਾਦਸ਼ਾ ਹਮਾਇਉ ਆਏ ਸੀ ਕਈ ਵਾਰੀ ਕੁਐਸਚਨ ਆ ਜਾਂਦਾ ਵੀ ਕੰਟੈਂਪੋਰੀ ਰੂਲਰ ਰੂਲਰ ਕੌਣ ਸੀ ਕੰਟੈਂਪੋਰੀ ਰੂਲਰ ਕੌਣ ਸੀ ਸ਼ੇਰ ਸ਼ਾ ਸੂਰੀ ਤੇ ਹਮਾਇਉ ਨੋਟ ਕਰ ਲਓ ਸ਼ੇਰ ਸ਼ਾ ਸੂਰੀ ਤੇ ਹਮਾਇਉ ਇਹਨਾਂ ਦੇ ਕਿਹੜੇ ਨੇ ਉਹ ਕਪਟਕ ਕੋਟ ਜੋ ਜਿਹੜੇ ਨੇ ਕੰਟੈਂਪੋਰੀ ਰਸੀ ਰਾਜ ਹੈ ਠੀਕ ਹੈ ਇਹਨਾਂ ਨੇ ਸਭ ਤੋਂ ਪਹਿਲਾਂ ਉਦਾਸੀ ਮਤ ਦਾ ਖੰਡਨ ਕੀਤਾ ਸੀ ਉਹ ਸਭ ਕੁਝ ਪਤਾ ਸੀ ਇਹਨਾਂ ਨੂੰ ਇਹਨਾਂ ਨੇ ਉਦਾਸੀ ਮਤ ਦਾ ਖੰਡਨ ਕੀਤਾ ਰਾਜ ਹੈ ਠੀਕ ਹੈ ਤਾਂ ਇਹ ਚੀਜ਼ ਮੈਂ ਤੁਹਾਨੂੰ ਆਲਰੇਡੀ ਦਸਤੀ ਬਾਬਾ ਸ਼੍ਰੀਚੰਦ ਨੇ ਸਟਾਰਟਿੰਗ ਕੀਤੀ ਗ੍ਰੈਸਤੀ ਯੂਨੀ ਵਿਸ਼ਵਾਸ ਰੱਖਦੇ ਸੀ ਤਿਆਗਤਾ ਸਭ ਕੁਝ ਨਾ ਤੇ ਭਾਈ ਬਾਲਾ ਜੀ ਭਾਈ ਬਾਲਾ ਜੀ ਨੇ ਜਿਹੜੀ ਜਨਮ ਸਾਖ ਲਿਖੀ ਸੀ ਮੀਨਸ ਬਾਇਓਗ੍ਰਾਫੀ ਜਿਹਨੂੰ ਆਪਾਂ ਕੀ ਬੋਲਦੇ ਆ ਬੇਟਾ ਬਾਇਓਗ੍ਰਾਫੀ ਬੋਲਦੇ ਆ ਬਾਇਓਗ੍ਰਾਫੀ ਬੋਲਦੇ ਆ ਇਹ ਵੀ ਚੀਜ਼ ਨੋਟ ਕਰ ਲਓ ਬੇਟਾ ਇਹ ਵੀ ਇੰਪੋਰਟੈਂਟ ਹੈ ਤੇ ਜਿਸ ਨੂੰ ਪਾਈ ਬਾਲਾ ਦੀ ਜਨਮ ਸਾਖੀ ਵੀ ਕਿਹਾ ਜਾਂਦਾ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਹ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ ਐਸ ਪਰ ਪਾਈ ਬਾਲਾ ਜੀ ਜਨਮ ਸਾਖੀ ਇਹ ਵੀ ਚੀਜ਼ ਇੰਪੋਰਟੈਂਟ ਹੈ ਇਹ ਵੀ ਚੀਜ਼ ਤੁਸੀਂ ਨੋਟ ਕਰ ਲੈਣਾ ਠੀਕ ਹੈ ਤਾਂ ਅਗਰ ਆਪਾਂ ਹੋਰ ਆਪਾਂ ਹੋਰ ਇੰਦੇ ਵਿੱਚ ਕੁਐਸਚਨਸ ਦੇਖਨੇ ਆ ਤਾਂ ਕਿ ਇਹ ਮੀਨਸ 73 ਸਾਲਾਂ ਉਹ ਉਹਨਾਂ ਨੇ ਆਪਣੇ 73 ਸਾਲਾਂ ਦੇ ਸ਼ਿਸ਼ੇ ਮੀਨਸ ਗੁਰੂ ਅਮਰਦਾਸ ਜੀ ਨੂੰ ਆਪਣਾ ਜਿਹੜਾ ਹੈਗਾ ਹੈ ਉੱਤਰਾਧିକਾਰੀ ਬਣਾਇਆ ਠੀਕ ਹੈ ਪ੍ਰਮਾਤਮਾ ਵੱਲੋਂ ਸਭ ਤੋਂ ਪਹਿਲਾਂ ਗੱਦੀ ਕਿਹਨੂੰ ਮਿਲੀ ਗੁਰੂ ਨਾਨਕ ਦੇਵ ਜੀ ਨੂੰ ਪਰ ਪ੍ਰਮਾਤਮਾ ਵੱਲੋਂ ਕ੍ਰਿਸ਼ਨ ਮਿਲੀ ਗੁਰੂ ਨਾਨਕ ਦੇਵ ਜੀ ਨੂੰ ਮਿਲੀ ਕਦੋਂ ਮਿਲੀ ਐਸ ਪਰ ਆਪ ਗਿਆਨ ਦੀ ਪ੍ਰਾਪਤੀ ਕਰਨ ਲੱਗੇ ਦਾ 1499 ਵਿੱਚ 1539 ਵਿੱਚ ਕਿਹਨੂੰ ਮਿਲ ਗਈ ਰਾਜੇ ਗੁਰੂ ਅੰਗਦ ਦੇਵ ਜੀ ਨੂੰ ਮਿਲ ਗਈ 1552 ਵਿੱਚ ਕਿਹਨੂੰ ਮਿਲ ਗਈ ਰਾਜੇ ਅਮਰਦਾਸ ਜੀ ਨੂੰ ਮਿਲ ਗਈ ਠੀਕ ਹੈ 1574 ਵਿੱਚ ਕਿਹਨੂੰ ਮਿਲ ਗਈ ਰਾਜੇ 1574 ਵਿੱਚ ਆ ਮੈਨ ਲੱਗਦਾ ਹਰਾਮਦਾਸ ਜੀ ਹਰਾਮਦਾਸ ਜੀ ਨੂੰ ਮਿਲ ਗਈ ਤਾਂ ਇਹ ਸਭ ਕੁਝ ਇਹ ਸਭ ਕੁਝ ਆਵੇਗਾ ਇਹ ਚੀਜ਼ਾਂ ਨੋਟ ਕਰ ਲੋ ਇਹ ਪੇਪਰ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਰਹਿਣ ਵਾਲਾ ਪੋਰਸ਼ਨ ਹੈ ਠੀਕ ਹੈ ਇਹ ਪੇਪਰ ਬਹੁਤ ਜ਼ਿਆਦਾ ਇੰਪੋਰਟੈਂਟ ਰਹਿਣ ਵਾਲਾ ਪੋਰਸ਼ਨ ਹੈ ਇਸ ਤੁਸੀਂ ਅੱਛੇ ਤਰੀਕੇ ਨਾਲ ਕਰ ਲਓ ਇਹਨਾਂ ਦੇ ਉੱਪਰ ਅੱਛੇ ਕੁਐਸਚਨ ਵੀ ਬਣ ਜਾਂਦੇ ਨੇ ਉਹ ਵੀ ਆਪਾਂ 1 ਬਾਈ 1 ਕਰਨੇ ਆ ਜਲਦੀ ਜਲਦੀ ਹੁਣ ਐਮਸੀਕਿਊ ਦੀ ਵਾਰੀ ਆ ਗਈ ਬੇਟਾ ਐਮਸੀਕਿਊ ਕਰਨ ਜਾ ਰਹੇ ਆ ਜੋ ਜਿੰਨੇ ਵੀ ਐਮਸੀਕਿਊ ਅੱਡ ਅੱਡ ਬੁੱਕਸ ਵਿੱਚੋਂ ਅੱਡ ਅੱਡ ਸੋਰਸ ਤੋਂ ਅੱਡ ਅੱਡ ਸੋਰਸ ਤੋਂ ਅੱਡ ਅੱਡ ਬੁੱਕਸ ਚੋਂ ਬਣੇ ਨੇ ਉਹ ਸਾਰੇ ਐਮਸੀਕਿਊ ਮੈਂ ਤੁਹਾਨੂੰ 1 ਬਾਈ 1 ਉਹ ਸਾਰੇ ਮੈਂ ਤੁਹਾਨੂੰ 1 ਬਾਈ 1 ਜਿਹੜੇਗੇ ਨੇ ਉਹ ਕਰਵਾਵਾਂਗਾ ਠੀਕ ਹੈ ਜੀ ਉਹ ਤੁਹਾਨੂੰ ਮੈਂ ਕਰਵਾਵਾਂਗਾ ਜੋ ਲੋ ਬਈ ਸਭ ਤੋਂ ਪਹਿਲਾ ਕੁਐਸਚਨ ਦਾ ਆਨਸਰ ਦੇ ਦਿਓ ਬਈ ਗੁਰੂ ਅੰਗਦ ਦੇਵ ਜੀ ਨੇ ਆਪਣੇ ਕਿਸ ਉੱਤਰਾਧਿਕਾਰੀ ਆਪਣਾ ਉਤਰਾ ਨਿਯੁਕਤ ਕਰਨ ਦਾ ਸੰਕਲਪ ਸੰਕਲਪ ਲਿਆ ਸੀਗਾ ਗੁਰੂ ਨਾਨਕ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਜਿਹੜਾ ਹੈਗਾ ਕਦੋਂ ਅਧਿਆਸ ਦੱਸ ਜਲਦੀ ਦੱਸੋ ਬਈ ਅਮਰਦਾਸ ਜੀ ਨੂੰ ਲਿਆ ਸੀ ਕਦੋਂ ਲਿਆ ਸੀਗਾ ਜਲਦੀ ਕਦੋਂ ਲਿਆ ਸੀਗਾ 1500 ਤੇ 52 ਵਿੱਚ ਕਦੋਂ ਲਿਆ ਸੀ 1552 ਜਿ ਲਿਆ ਸੀ ਇਹ ਵੀ ਚੀਜ਼ ਨੋਟ ਕਰ ਲਓ ਬੇਟਾ 1552 ਜਿ ਲਿਆ ਸੀ ਠੀਕ ਹੈ 1552 ਲਿਆ ਸੀ ਇਹ ਵੀ ਚੀਜ਼ ਨੋਟ ਕਰ ਲਓ ਵੀ ਠੀਕ ਹੈ ਤਾਂ ਇਹ ਉਦੋਂ 73 ਸਾਲ ਦੇ ਸੀ ਗੁਰੂ ਅਮਰਦਾਸ ਜੀ ਜਨਮ ਕਦੋਂ ਹੋਇਆ ਬੇਟਾ 1400 ਤੇ 69 ਵਿੱਚ ਹੋਇਆ ਇਹ ਵੀ ਚੀਜ਼ ਨੋਟ ਕਰ ਲਓ ਠੀਕ ਹੈ ਅਗਰ ਆਪਾਂ ਗੱਲ ਕਰੀਏ ਗੁਰੂ ਅੰਗਦ ਦੇਵ ਜੀ ਦੇ ਉਤਰਾਧਿਕਾਰੀ ਨੂੰ ਕਿੰਨੇ ਪੈਸੇ ਨੂੰ ਕਿੰਨੇ ਪੈਸੇ ਪੇਂਟ ਕੀਤੇ ਤੇ ਮੱਥਾ ਟੇਕਿਆ ਦੱਸੋ ਜੀ ਗੁਰੂ ਅੰਗਦ ਦੇਵ ਜੀ ਨੇ ਉਤਰਾ ਉਤਰਾ ਅਧਿਕਾਰੀ ਉਤਰਾ ਅਧਿਕਾਰੀ ਕੌਣ ਸੀ ਅਮਰਦਾਸ ਜੀ ਉਤਰਾ ਅਧਿਕਾਰੀ ਕੌਣ ਸੀ ਅਮਰਦਾਸ ਜੀ ਅਮਰਦਾਸ ਜੀ ਨੂੰ ਕਿੰਨੇ ਪੈਸੇ ਅਮਰਦਾਸ ਜੀ ਨੂੰ ਜਿਹੜਾ ਕਿੰਨੇ ਪੈਸੇ ਇਹ ਦੱਸੋ ਜੀ ਕਿੰਨੇ ਪੈਸੇ ਪੇਂਟ ਕੀਤੇ ਸੀ ਕਿੰਨੇ ਪੈਸੇ ਪੇਂਟ ਕਰਕੇ ਮੱਥਾ ਟੇਕਿਆ ਸੀਗਾ ਕਿੰਨੇ ਪੈਸੇ ਪੇਂਟ ਕਰਕੇ ਮੱਥਾ ਟੇਕਿਆ ਸੀ ਜਲਦੀ ਨਾਲ ਦੱਸ ਦਿਓ ਬੇਟਾ 2 ਪੈਸੇ 3 ਪੈਸੇ 5 ਪੈਸੇ ਜਾਂ ਆਪਣੇ ਕੋਲ 10 ਪੈਸੇ ਕਿੰਨੇ ਪੈਸੇ ਟੇਕ ਕੇ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਹੈਗਾ ਕੀਤਾ ਸੀ ਜਲ शेयर कर दो एंड लाइक कर दो बेटा किन्ने करकेगा दो पैसे दो पैसे करके किया बिल्कुल सही है दो पैसे करके बिल्कुल सही नैक्सट क्वेश्चन की है शेर शेर शाह सूरी तो हारन हार के हमायू किस पास किस पास मूँह कर गया कि पास मूँह कर गया मुल्तान मथुरा लाहौर ज्यालकोट किसे मूँह कर गया सी बेटा ਕਿਹੜੇ ਪਾਸੇ ਮੂੰਹ ਕਰ ਗਿਆ ਸੀ ਜਲਦੀ ਦੱਸੋ ਬੇਟਾ ਕਿਹੜੇ ਪਾਸੇ ਮੂੰਹ ਕਰਕੇ ਸੀ ਸ਼ੇਰ ਸ਼ਾਹ ਸੂਰੀ ਤੋਂ ਹਾਰਨ ਤੋਂ ਬਾਅਦ ਹਮਾਇਉ ਕਿਸ ਪਾਸੇ ਮੂੰਹ ਕਰ ਗਿਆ ਸੀ ਮੁਲਤਾਨ ਮਥਰਾ ਲਾਹੌਰ ਜਾਂ ਲਾਹੌਰ ਜਾਂ ਸਿਆਲਕੋਟ ਕਿਸ ਪਾਸੇ ਕਰ ਗਿਆ ਸੀ ਬੇਟਾ ਜਲਦੀ ਦੱਸੋ ਬੇਟਾ ਕਿਸ ਪਾਸੇ ਕਰ ਗਿਆ ਸੀਗਾ 3 ਦਾ ਕਿਹੜਾ ਆਵੇਗਾ ਸਿਆਲਕੋਟ ਕਰ ਗਿਆ ਸੀ ਸਿਆਲਕੋਟ ਵਾਲੇ ਪਾਸੇ ਮੁਲਤਾਨੀ ਸਿਆਲਕੋਟ ਚਲਾ ਗਿਆ ਸਿਆਲਕੋਟ ਚਲਾ ਗਿਆ ਸੀ ਸਿਆਲਕੋਟ ਸਿਆਲਕੋਟ ਆਵੇਗਾ ਬੇਟਾ ਸਿਆਲਕੋਟ ਆਵੇਗਾ ਮੁਲਤਾਨ ਨਹੀਂ ਆਵੇਗਾ ਨੈਕਸਟ ਕੁਐਸਚਨ ਗੁਰੂ ਅੰਗਦ ਦੇਵ ਜੀ ਨੇ ਗੋਵਿੰਦਵਾਲ ਦੀ ਉਸਾਰੀ ਕਦੋਂ ਸ਼ੁਰੂ ਕਰਵਾਈ ਗੋਵਿੰਦਵਾਲ ਦੀ ਉਸਾਰੀ ਕਦੋਂ ਸ਼ੁਰੂ ਕਰਵਾਈ ਜਲਦੀ ਦੱਸੋ ਬੇਟਾ ਗੋਵਿੰਦਵਾਲ ਦੀ ਉਸਾਰੀ ਕਦੋਂ ਸ਼ੁਰੂ ਕਰਵਾਈ ਗੁਰੂ ਅੰਗਦ ਦੇਵ ਜੀ ਨੇ ਗੋਵਿੰਦਵਾਲ ਦੀ ਉਸਾਰੀ ਕਦੋਂ ਜਿਹੜੀ ਹੈਗੀ ਉਹ ਸਟਾਰਟ ਕਰਵਾਈ ਗੁਰੂ ਅੰਗਦ ਦੇਵ ਜੀ ਨੇ ਗੋਵਿੰਦਵਾਲ ਦੀ ਉਸਾਰੀ ਕਦੋਂ ਸ਼ੁਰੂ ਕਰਵਾਈ ਸੀ ਜਲਦੀ ਜਲਦੀ ਦੱਸ ਦਿਓ ਬੇਟਾ ਤੁਸੀਂ ਹਿਸਟਰੀ ਪੜ ਲੈਣਾ ਬੇਟਾ ਹਿਸਟਰੀ ਪੜ ਲੈਣਾ ਇੱਕ ਵਾਰ ਹਿਸਟਰੀ ਪੜ ਲੈਣਾ ਬਾਅਦ ਚ ਆਪਾਂ ਕਰਾਂਗੇ ਠੀਕ ਹੈ ਆ ਦੱਸੋ ਬੇਟਾ ਕਦੋਂ 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 ਬਣਾਈ ਸੀਗੀ ਗੋਵਿੰਦਵਾਲ ਦੀ ਉਸਾਰੀ ਕਦੋਂ ਸ਼ੁਰੂ ਕਰਵਾਈ ਗੁਰੂ ਅੰਗਦ ਦੇਵ ਜੀ ਨੇ ਸ਼ੁਰੂ ਕਦੋਂ ਕਰਵਾਈ ਸ਼ੁਰੂ ਦੀ ਗੱਲ ਹੋ ਰਹੀ ਏ ਕਦੋਂ ਸ਼ੁਰੂ ਕਰਵਾਈ ਮੇਬੀ 1500 ਤੀ ਮੇਬੀ 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 ਅਨਸਰ ਲਾਈਂ ਦਿਓ ਯਾਰ ਕਿਉਂ ਕੀ ਹੋਇਆ ਮੇਬੀ ਨੂੰ ਅੱਜ 1530 ਕਰਵਾਈ ਸੀ 1530 ਕਰਵਾਈ ਸੀ ਬਿਲਕੁਲ ਸਹੀ ਹੈ 1530 ਕਰਵਾਈ ਸੀ ਰਾਜ 1530 ਕਰਵਾਈ ਸੀ ਸਿਆਲਕੋਟ ਵਾਲੇ ਪਾਸੇ ਗਿਆ ਸੀ ਸਿਆਲਕੋਟ ਲਾਹੌਰ ਵਾਲਾ ਲਾਹੌਰ ਵਾਲਾ ਏਰੀਆ ਹੈਗਾ ਸੀ ਸਿਆਲਕੋਟ ਲਾਹੌਰ ਵਾਲਾ ਏਰੀਆ ਸੀ ਬੇਟਾ ਸਿਆਲਕੋਟ ਲਾਹੌਰ ਵਾਲਾ ਏਰੀਆ ਸੀ ਇਹ ਚੀਜ਼ਾਂ ਨੋਟ ਕਰ ਲਓ ਸਿਆਲਕੋਟ ਸਿਆਲਕੋਟ ਲਾਹੌਰ ਵਾਲਾ ਏਰੀਆ ਹੈ ਏਰੀਆ ਹੈਗਾ ਸੀ ਸਿਆਲਕੋਟ ਸਿਆਲਕੋਟ ਲਾਹੌਰ ਵਾਲਾ ਏਰੀਆ ਹੈਗਾ ਸੀ ਤਾਂ ਇਸ ਇਸ ਪਾਸੇ ਗਿਆ ਸੀ ਆਹ ਪਾਸੇ ਗਿਆ ਸੀਗਾ ਇਹ ਚੀਜ਼ ਨੋਟ ਕਰ ਲਓ ਠੀਕ ਹੈ ਇਹ ਚੀਜ਼ ਨੋਟ ਕਰ ਲਓ ਬੇਟਾ ਇਹ ਚੀਜ਼ ਨੋਟ ਕਰ ਲਓ ਚਲੋ ਭਾਈ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਕੀ ਆਪਣੇ ਕੋਲ ਤਾਂ ਇੱਕ ਗੱਲ ਇੱਕ ਗੱਲ ਹੋਰ ਇੱਕ ਗੱਲ ਮੈਂ ਤੁਹਾਨੂੰ ਕਹਿ ਦੱਸ ਦੇਵਾਂ ਗੁਰੂ ਅੰਗਦ ਦੇਵ ਜੀ ਦੀ ਉਸ ਉਸ ਉਤਰਾਧਕਾਰੀ ਵਾਲੇ ਤੇ ਵੀ ਜੇ 2 ਪੈਸੇ ਦੇ 5 ਪੈਸੇ ਵੀ ਕਈ ਬੁਕਸ ਵਿੱਚ 5 ਪੈਸੇ ਵੀ ਲਿਖਿਆ ਹੋਇਆ ਹੈ। ਅਗਰ ਤੁਹਾਨੂੰ 5 ਪੈਸੇ ਵੀ ਆ ਜਾਂਦਾ 5 ਪੈਸੇ ਵੀ ਬਿਲਕੁਲ ਸਹੀ ਹੈ। ਅਗਰ ਤੁਹਾਨੂੰ 5 ਪੈਸੇ ਵਾਲਾ ਵੀ ਆ ਜਾਂਦਾ ਤਾਂ 5 ਪੈਸੇ ਵੀ ਬਿਲਕੁਲ ਸਹੀ ਬੇਟਾ। ਇਹ ਚੀਜ਼ ਨੋਟ ਕਰ ਲੈਣਾ। ਅਗਰ ਤੁਹਾਨੂੰ ਗੁਰੂ ਅੰਗਦ ਦੇਵ ਜੀ ਦੇ ਬਾਰੇ 5 ਪੈਸੇ ਵਾਲਾ ਵੀ ਆ ਜਾਂਦਾ ਤਾਂ 5 ਪੈਸੇ ਵੀ ਸਹੀ ਹੈ ਤੇ 2 ਪੈਸੇ ਵੀ ਸਹੀ ਹੈ ਕਿਉਂਕਿ ਕਈ ਜਗ੍ਹਾ ਤੇ ਜਿਹੜੀ ਕਈ ਜਗ੍ਹਾ ਤੇ ਜਿਹੜੀ ਹੈਗੀ ਹੈ 2 ਪੈਸੇ ਲਿਖੇ ਨੇ ਕਈ ਜਗ੍ਹਾ ਤੇ 5 ਪੈਸੇ ਲਿਖੇ ਹੋਏ ਨੇ ਤਾਂ ਮੈਂ ਤੇਰੀ ਕਨਫਿਊਜ਼ਨ ਇੱਥੇ ਦੂਰ ਕਰਦਾ ਕਈ ਵਾਰ ਫਿਰ ਤੁਸੀਂ ਕਹੋ ਵੀ ਇੱਕ ਸਰ ਨੇ ਗਲਤ ਕਰਵਾਤਾ ਸਰ ਨੇ ਗਲਤ ਕਰਵਾਤਾ ਤਾਂ 5 ਪੈਸੇ ਕਈ ਜਗ੍ਹਾ ਤੇ 5 ਪੈਸੇ ਵੀ ਲਿਖਿਆ ਹੋਇਆ ਹੈ ਤੇ ਕਈ ਜਗ੍ਹਾ ਤੇ ਆਪਣੇ ਕੋਲ 2 ਪੈਸੇ ਵੀ ਲਿਖਿਆ ਲਿਖਿਆ ਹੋਇਆ ਠੀਕ ਹੈ ਐਸ ਵਾਰ ਆਪਾਂ ਦੇ ਦੇਖੀਏ ਠੀਕ ਹੈ ਦੋਨੋਂ ਆਗੇ ਦੋਨੋਂ ਆਗੇ ਜੇ ਜੇ ਆਪਾਂ ਜੇ ਆਪਾਂ ਜੇ ਆਪਾਂ ਦੋਨੋਂ ਆਗੇ ਜੇ ਆਪਾਂ ਜਨਮ ਸਾਖੀਆਂ ਦੇ ਅਕੋਰਡਿੰਗ ਚੱਲਾਂਗੇ ਜੇ ਆਪਾਂ ਜਨਮ ਸਾਖੀਆਂ ਦੇ ਅਕੋਰਡਿੰਗ ਚੱਲਾਂਗੇ ਜੇ ਆਪਾਂ ਜਨਮ ਸਾਖੀਆਂ ਦੇ ਅਕੋਰਡਿੰਗ ਚੱਲਾਂਗੇ ਨਾ ਫਿਰ ਆਪਾਂ ਦੋਨੋਂ ਆਗੇ ਦਾ 5 ਲਗਾ ਦੇ ਆਦੇ ਕਿਉਂਕਿ 5 ਕਿਉਂ ਲਾਵਾਂਗੇ 5 5 ਲਗਾ ਦੇ ਜੇ ਦੋਨੋਂ ਆਗੇ ਦਾ 5 ਲਗਾ ਦੇ ਆਦੇ ਬੇਟਾ ਦੋਨੋਂ ਆਗੇ 5 ਲਗਾ ਦੇ ਆਦੇ ਬੇਟਾ ਅਗਰ ਦੋਨੋਂ ਆਗੇ ਤਾਂ 5 ਲਗਾ ਦੇ ਆਦੇ ਠੀਕ ਹੈ ਦੋਨੋਂ ਆਗੇ ਦਾ 5 ਲਗਾ ਦੇ ਕੋ ਜਨਮ ਸਾਖੀਆਂ ਦੇ ਅਕੋਰਡਿੰਗ 5 ਜਨਮ ਸਾਖੀਆਂ ਦੇ ਅਕੋਰਡਿੰਗ 5 ਹੈ ਅਗਰ ਕਈ ਕਈ ਸਿੱਖ ਔਰ ਧਰਮ ਦੇ ਸਿੱਖ ਧਰਮ ਦੇ ਬੁਕਸ ਦੇ ਅਕੋਰਡਿੰਗ ਜਿਹੜੀਆਂ ਹੈਗੀਆਂ ਨੇ ਉਹ ਦੋ ਵੀ ਹੈਗਾ ਬਟ ਜਨਮ ਸਾਖੀਆਂ ਉਦੋਂ ਜਨਮ ਸਾਖੀਆਂ ਨੂੰ ਸਹੀ ਮੰਨਿਆ ਜਾਂਦਾ ਸੀਗਾ ਜਨਮ ਸਾਖੀਆਂ ਜਿਹੜੀਆਂ ਹੈਗੀਆਂ ਦੇ ਅਕੋਰਡਿੰਗ 5 ਹੈਗਾ ਜਨਮ ਸਾਖੀਆਂ ਦੇ ਅਕੋਰਡਿੰਗ 5 ਹੈ ਇੱਥੇ ਵੀ ਇਹ ਇਹ ਇੱਥੇ ਵੀ ਇੱਥੇ ਵੀ ਜਿਹੜਾ ਹੈਗਾ ਇੱਥੇ ਵੀ ਹੈਗਾ ਆਪਾਂ ਜਨਮ ਸਾਖੀਆਂ ਦੇ ਅਕੋਰਡਿੰਗ ਗੱਲ ਕਰਾਂਗੇ ਤਾਂ ਲਾਹੌਰ ਸਿਆਲਕੋਟ ਆਉਂਦਾ ਠੀਕ ਹੈ ਨੈਕਸਟ ਕੁਐਸਚਨ ਆਪਾਂ ਗੱਲ ਕਰਦੇ ਹਾਂ ਗੁਰੂ ਅੰਗਦ ਦੇਵ ਜੀ ਦੇ ਕੁੱਲ ਕਿੰਨੇ ਸ਼ਬਦ ਰਚੇ ਦੱਸੋ ਵੀ ਕਿੰਨੇ ਸ਼ਬਦ ਰਚੇ ਜਲਦੀ ਜਲਦੀ ਦੱਸੋ ਪਹਾਵਨਾ ਤੁਹਾਨੂੰ ਬਹੁਤ ਜਲਦੀ ਜਲਦੀ ਮੈਨੂੰ ਲੱਗਦਾ ਕਲਾਸ ਦੀ ਤੁਸੀਂ ਬਾਅਦ ਵਿੱਚ ਕਲਾਸ ਦੇਖ ਲੈਣਾ ਅਗਰ ਕਿਸੇ ਬੱਚੇ ਨੂੰ ਜਲਦੀ ਇਹ ਕਲਾਸ ਦੀ ਤਾਂ ਤੁਸੀਂ ਬਾਅਦ ਵਿੱਚ ਕਲਾਸ ਦੇਖ ਲੈਣਾ ਰਾਜੇ ਦੱਸੋ ਵੀ ਕਿੰਨਾ ਹੋਵੇਗਾ ਪੰਜਵੇਂ ਦਾ ਹੁਣ ਆਪਾਂ ਆਪਸ਼ਨ ਬੇਸ ਤੇ ਚੱਲਾਂਗੇ ਹੁਣ ਇੱਥੇ ਹੁਣੇ ਹੁਣ ਇੱਥੇ ਆਪਸ਼ਨ ਬੇਸ ਤੇ ਚੱਲਾਂਗੇ ਬੇਟਾ ਹੁਣ ਇਹਦੇ 63 ਆਪਸ਼ਨ ਹੈ ਤਾਂ 63 ਆਪਸ਼ਨ ਲਗਾਵਾਂਗੇ ਹੁਣ ਇੱਥੇ 63 ਤਾਂ 63 ਲਗਾਵਾਂਗੇ ਅਗਰ ਵੈਸੇ ਤੇ 62 ਆ ਜਾਂਦਾ ਤਾਂ 62 ਵੀ ਬਿਲਕੁਲ ਸਹੀ ਸੀ 62 ਆਪਸ਼ਨ ਵੀ ਬਿਲਕੁਲ ਸਹੀ ਸੀ ਤਾਂ 63 ਹੈ ਤਾਂ 63 ਲਗਾਵਾਂਗੇ ਬੇਟਾ 63 ਲਗਾਵਾਂਗੇ ਠੀਕ ਹੈ ਸਰ ਹੁਣ ਕਨਫਿਊਜ਼ਨ ਹੁਣ ਕਨਫਿਊਜ਼ਨ ਦੂਰ ਦੂਰ ਕੋਈ ਕਨਫਿਊਜ਼ਨ ਨਹੀਂ ਹੈਗੀ 62 ਅਗਰ 62 ਆ ਜਾਏ ਤਾਂ ਪਹਿਲਾਂ ਮੇਰੀ ਗੱਲ ਸੁਣ ਲਓ ਬੇਟਾ ਅਗਰ ਕੁਐਸਚਨ ਦੇ ਵਿੱਚ ਤੁਹਾਨੂੰ ਕੁਐਸਚਨ ਦੇ ਵਿੱਚ ਤੁਹਾਨੂੰ ਪਹਿਲਾਂ 62 ਆ ਜੇ ਤਾਂ 62 ਸਹੀ ਮੰਨ ਲਗਾਉਣਾ ਹੈ ਅਗਰ 62 ਨਹੀਂ ਹੈਗਾ ਅਗਰ ਕੁਐਸਚਨ ਆਪਸ਼ਨ ਦੇ ਵਿੱਚ 62 ਨਹੀਂ ਹੈਗਾ 62 ਨਹੀਂ ਹੈਗਾ ਫਿਰ 63 ਲਗਾਉਣਾ ਹੈ ਇਹ ਚੀਜ਼ਾਂ ਨੋਟ ਕਰ ਲਓ ਇਹ ਕਨਫਿਊਜ਼ਨ ਸੀਗਾ ਇਹ ਦੋਨੋਂ ਨਹੀਂ ਆਉਂਦੇ ਦੋਨੋਂ ਨਹੀਂ ਆਉਂਦੇ ਇੱਕ ਹੀ ਆਵੇਗਾ ਦੋਨੋਂ ਆਗੇ ਦਾ 62 ਲਾ ਦੇ ਆ ਦੀ ਸਭ ਤੋਂ ਪਹਿਲੀ ਆਪਸ਼ਨ ਜਿਹੜੀ ਬੰਦ ਦੀ ਉਹ ਸਹੀ ਬੰਦ ਦੀ ਉਹ 62 ਬੰਦਦੀ ਹੈ ਅਗਰ ਤੁਸੀਂ ਅਗਰ ਤੁਸੀਂ 62 ਨਾ ਆਏ ਤਾਂ 63 ਹੋਵੇ ਤਾਂ 63 ਲਗਾ ਦੇਣਾ ਅਗਰ ਦੋਨੋਂ ਔਨ ਤਾਂ 62 ਲਗਾ ਦੇਣਾ ਕਿਉਂਕਿ ਜਨਮ ਸਾਖੀਆਂ ਦੇ ਅਕੋਰਡਿੰਗ ਆਦ ਗ੍ਰੰਥ ਦੀ ਅਕੋਰਡਿੰਗ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅਕੋਰਡਿੰਗ 62 ਸ਼ਬਦ ਨੇ 62 ਸ਼ਬਦ ਨਹੀਂ 62 ਸ਼ਬਦ ਨੇ ਇਹ ਚੀਜ਼ਾਂ ਨੋਟ ਕਰ ਲਓ ਬੇਟਾ ਇਹ ਚੀਜ਼ਾਂ ਨੋਟ ਕਰ ਲਓ 62 ਸ਼ਬਦ ਨੇ ਚਲੋ ਵੀ ਨੈਕਸਟ ਕੁਐਸਚਨ ਪੁਰੰਗਦੇਵ ਜੀ ਸਮੇ ਲੰਗਰ ਦਾ ਪ੍ਰਬੰਧ ਕੌਣ ਕਰਦਾ ਸੀ ਦੱਸੋ ਵੀ ਲੰਗਰ ਦਾ ਪ੍ਰਬੰਧ ਕੌਣ ਕਰਦਾ ਸੀ ਗੁਰੂ ਅੰਗਦ ਦੇਵ ਜੀ ਦੇ ਸਮੇ 62 ਦਾ ਅਨਸਰ ਦੱਸ ਦਿਓ ਬੇਟਾ ਕੌਣ ਕਰਦਾ ਸੀ ਗੁਰੂ ਅੰਗਦ ਦੇਵ ਜੀ ਦੇ ਸਮੇ ਆਪਣਾ ਲੰਗਰ ਦਾ ਪ੍ਰਬੰਧ ਕੌਣ ਕਰਦਾ ਸੀਗਾ ਕੌਣ ਕਰਦਾ ਸੀ ਬੀਬੀ ਖੀਵੀ ਬੀਬੀ ਖੀਵੀ ਜੀ ਬਿਲਕੁਲ ਸਹੀ ਬੀਬੀ ਖੀਵੀ ਜੀ ਕੌਣ ਸਨ ਬੀਬੀ ਖੀਵੀ ਜੀ ਕੌਣ ਸਨ दसो बी बीबी खीवी जी कौन सन माता खीवी बीबी खीवी जी कौन सन दस दसो भाई वाह जी वाह रवि की हाल है ते ठीक ठाक हो रवि जॉब अच्छी चल रही है पत्नी सी बिल्कुल सही है वाइफ सी बेटा वाइफ सी वाइफ सी बिल्कुल सही है नेक्स्ट क्वेश्चन ਗੁਰੂ ਬੰਦ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਕਿਸ ਨਾਮ ਨਾਲ ਜਾਣੇ ਜਾਂਦੇ ਸੀ ਗੁਰੂ ਅੰਗਦ ਦੇਵ ਜੀ ਕਿਸ ਨਾਮ ਨਾਲ ਜਾਣੇ ਜਾਂਦੇ ਸੀ ਦੱਸੋ ਬੇਟਾ ਕਿਸ ਨਾਮ ਨਾਲ ਜਾਣੇ ਜਾਂਦੇ ਸੀ ਗੁਰੰਗਦ ਦੇਵ ਜੀ ਕਿਸ ਨਾਮ ਨਾਲ ਜਾਣੇ ਜਾਂਦੇ ਸੀ ਤਾਂ ਪੰਜਾਬੀ ਕਰ ਲੋ ਪੰਜਾਬੀ ਬਿਨਾ ਗਤੀ ਨਹੀਂ ਹੈਗੀ ਤੁਹਾਡੀ ਪੰਜਾਬੀ ਕਰ ਲੋ ਪੰਜਾਬੀ ਬਿਨਾ ਗਤੀ ਨਹੀਂ ਹੋਣੀ ਅਗਰ ਤੁਸੀਂ ਪੇਪਰ ਕਰਨਾ ਤਾਂ ਪੰਜਾਬੀ ਬਿਨਾ ਤੁਹਾਨੂੰ ਗਤੀ ਨਹੀਂ ਹੈਣੀ ਠੀਕ ਹੈ ਪਾਈ ਲੈਣਾ ਨਾਲ ਜਾਣਿਆ ਜਾਂਦਾ ਸੀ ਬਿਲਕੁਲ ਪਾਈ ਲੈਣਾ ਤੂੰ ਲੈਣਾ ਹੈ ਅਸੀਂ ਤੇਰਾ ਦੇਣਾ ਹੈ ਨਾ ਕੁਐਸਚਨ ਆ ਜਾਂਦਾ ਤੂੰ ਤੂੰ ਲੈਣਾ ਹੈ ਤਾਂ ਅਸੀਂ ਤੇਰਾ ਦੇਣਾ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਵਰਡ ਗੁਰੂ ਨਾਨਕ ਦੇਵ ਜੀ ਦੇ ਨੇ ਵਰਡ ਹੈਗੇ ਨੇ ਤੂੰ ਤੇਰਾ ਨਾਮ ਲੈਣਾ ਹੈ ਅਸੀਂ ਤੈਨੂੰ ਦੇਣਾ ਹੈ ਠੀਕ ਹੈ ਨੈਕਸਟ ਕੁਐਸਚਨ ਪਾਈ ਲੈਣਾ ਜਿਹਦਾ ਜਨਮ ਕਦੋਂ ਕਦੋਂ ਹੋਇਆ ਪਾਈ ਲੈਣਾ ਜਿਹਦਾ ਜਨਮ ਕਦੋਂ ਹੋਇਆ ਜਲਦੀ ਦੱਸੋ ਪਾਈ ਲੈਣਾ ਮੀਨਸ ਗੁਰੂ ਅੰਗਦ ਦੇਵ ਜੀ ਦੀ ਗੱਲ ਕਰ ਰਹੇ ਹਨ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ਜਲਦੀ ਦੱਸੋ ਬੇਟਾ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ 1504 ਵਿੱਚ ਹੋਇਆ ਕਦੋਂ ਹੋਇਆ 1504 ਵਿੱਚ ਹੋਇਆ ਬਿਲਕੁਲ ਸਹੀ ਹੈ ਇਹ ਜੋਤੀ ਜੋਤ ਕਦੋਂ ਸਮਾਗੇ ਸੀ 1552 ਚੋਕੀ ਹੋ ਗਈ ਸੀ ਜੋਤੀ ਜੋਤ ਸਮਾਗੇ ਸੀ ਜੋਤੀ ਜੋਤ ਸਮਾਗੇ ਸੀ ਜੋਤੀ ਜੋਤ ਸਮਾਗੇ ਸੀ 1552 ਚੋ ਜੋਤੀ ਜੋਤ ਸਮਾਗੇ ਸੀ ਇਹ ਤੈਨੂੰ ਪਤਾ ਹੀ ਹੈ ਬੇਟਾ 1552 ਜੋ ਜੋਤੀ ਜੋਤ ਸਮਾਗੇ ਸੀ ਠੀਕ ਹੈ ਰਾਜੇ ਨੈਕਸਟ ਕੁਐਸਚਨ ਭਾਈ ਲੈਣਾ ਜੀ ਦਾ ਜਨਮ ਕਿੱਥੇ ਹੋਇਆ ਪਾਈ ਲੈਣਾ ਜੀ ਦਾ ਜਨਮ ਕਿੱਥੇ ਹੋਇਆ ਪਾਈ ਲੈਣਾ ਜੀ ਦਾ ਜਨਮ ਕਿੱਥੇ ਹੋਇਆ ਜਲਦੀ ਦੱਸੋ ਬਈ ਪਾਈ ਲੈਣਾ ਜੀ ਦਾ ਜਨਮ ਕਿੱਥੇ ਹੋਇਆ ਡੀ ਲਾ ਰਹੇ ਹੋ ਡੀ ਮੱਤੇ ਦੀ ਸਰਾਏ ਮੀਨਸ ਮੁਕਸਰ ਮੁਕਸਰ ਵਿੱਚ ਹੋਇਆ ਖੰਡੂਰ ਸਾਹਿਬ ਤੋਂ ਉਹਨਾਂ ਨੇ ਫਾਊਂਡ ਕੀਤਾ ਸੀ ਖੰਡੂਰ ਸਾਹਿਬ ਤੋਂ ਉਹਨਾਂ ਨੇ ਫਾਊਂਡ ਕੀਤਾ ਸੀ ਫਾਊਂਡ ਕੀਤਾ ਸੀ ਮੀਨਸ ਸਟੈਬਲਿਸ਼ ਕੀਤਾ ਸੀਗਾ ਸਟੈਬਲਿਸ਼ ਕੀਤਾ ਸੀ ਖੰਡੂਰ ਸਾਹਿਬ ਠੀਕ ਹੈ ਕਰਤਾਰਪੁਰ ਉਹ ਮਿਲੇ ਸੀ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਸੀ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਸੀ ਆਪਣਾ ਕਰਤਾਰਪੁਰ ਸਾਹਿਬ ਮੱਤੇ ਦੀਸਰਾ ਕਿੱਥੇ ਬਣੀ ਹੋਈ ਕਿੱਥੇ ਬਣੀ ਹੈ ਮੱਤੇ ਦੀਸਰਾ ਹੈ ਬਈ ਇਹ ਵੀ ਤੁਹਾਨੂੰ ਪਤਾ ਹੀ ਹੋਣਾ ਹੈ ਮੱਤੇ ਦੀਸਰਾ ਕਿੱਥੇ ਬਣੀ ਹੈ ਮੁਕਸਰ ਬਣੀ ਹੋਈ ਹੈ ਕਿੱਥੇ ਬਣੀ ਹੈ ਮੁਕਸਰ ਬਣੀ ਹੋਈ ਹੈ ਬਿਲਕੁਲ ਸਹੀ ਹੈ ਮੱਤੇਸਰਾ ਕਿੱਥੇ ਬਣੀ ਹੈ ਮੁਕਸਰ ਬਣੀ ਹੋਈ ਹੈ ਬਿਲਕੁਲ ਸਹੀ ਹੈ ਐਂਡ ਆਪਣੀ ਅੱਜ ਆਪਣੀ ਤਾਨ ਸਾਹਿਬ ਨੂੰ ਪਤਾ ਹੈ 7:30 ਵਜੇ ਕੀ ਆਪਣੀ ਪੰਜਾਬ ਜੀਕੇ ਦੀ ਕਲਾਸ ਹੈ ਭਾਈ ਪੰਜਾਬ ਜੀਕੇ ਦੀ ਕਲਾਸ ਹੈ ਜੀਕੇ ਦੀ ਪੰਜਾਬ ਜੀਕੇ ਦੀ ਕਲਾਸ ਹੈ ਬੜਾ ਤੁਸੀਂ ਜਲਦੀ ਆਉਣਾ ਹੈ 7:30 ਵੀ ਆਉਣਾ ਠੀਕ ਹੈ ਨੈਕਸਟ ਕੁਐਸਚਨ ਪਾਈ ਲੈਣਾ ਦੇ ਪਿਤਾ ਦਾ ਨਾਮ ਕੀ ਸੀ ਪਾਈ ਲੈਣਾ ਦੇ ਪਿਤਾ ਦਾ ਨਾਮ ਕੀ ਸੀ ਜਲਦੀ ਦੱਸੋ ਭਾਈ ਜਲਦੀ ਜਲਦੀ ਗੁੱਡ ਈਵਨਿੰਗ ਰਜਤ ਰਾਜਨ ਰਾਜਨ ਗੁੱਡ ਇਵਨਿੰਗ ਰਾਜੇ ਦੱਸੋ ਜੀ ਪਾਈ ਲੈਣਾ ਦੇ ਪਿਤਾ ਦਾ ਨਾਮ ਕੀ ਸੀ ਫੇਰੂ ਮਲ ਸੀ ਬਿਲਕੁਲ ਸਹੀ ਬੇਟਾ ਫੇਰੂ ਮਲ ਸੀ ਬਿਲਕੁਲ ਸਹੀ ਹੈ ਫੇਰੂ ਮਲ ਜੋ ਕਿ ਖੱਤਰੀ ਗੋਤਰ ਨਾਲ ਸੰਬੰਧ ਰੱਖਦੇ ਸੀ ਖੱਤਰੀ ਗੋਤਰ ਨਾਲ ਖੱਤਰੀ ਗੋਤਰ ਨਾਲ ਸੰਬੰਧ ਰੱਖਦੇ ਸੀ ਖੱਤਰੀ ਗੋਤਰ ਨਾਲ ਸੰਬੰਧ ਰੱਖਦੇ ਸੀ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਬੇਟਾ ਨੈਕਸਟ ਕੁਐਸਚਨ ਪਾਈ ਲੈਣਾ ਜੀ ਦੀ ਮਾਤਾ ਦਾ ਨਾਮ ਕੀ ਸੀ ਮਾਤਾ ਦਾ ਨਾਮ ਦੱਸੋ ਕੀ ਸੀ ਰਾਜੇ भाई लैना जी की माता का नाम भाई लैना जी की माता का नाम माता पूछे ने माता का नाम पूछे बेटा माता का नाम पूछे की पूछे उन्होंने माता का नाम पूछे ਏ অপਸ਼ਨ ਨਹੀਂ ਆਵੇਗਾ ਸੀ অপਸ਼ਨ ਆਵੇਗਾ ਬਿਲਕੁਲ ਸਪਰਾਏ ਸਪਰਾਏ ਦੇਵੀ ਸਪਰਾਏ ਦੇਵੀ ਆਵੇਗਾ ਸੀ অপਸ਼ਨ ਆਏਗਾ ਬਿਲਕੁਲ ਸਹੀ ਹੈ ਇਹੀ ਕੁਐਸਚਨਾਂ ਜੋ ਤੁਹਾਡਾ ਪੇਪਰ ਆ ਜਾਣਾ ਹੈ ਠੀਕ ਹੈ ਪਾਈ ਲੈਣਾ ਜੀ ਦੀ ਪਾਈ ਲੈਣਾ ਜੀ ਕਿਸ ਜਾਤੀ ਨਾਲ ਸੰਬੰਧ ਰ ਕਿਸ ਜਾਤੀ ਨਾਲ ਸੰਬੰਧ ਰੱਖਦੇ ਸੀ ਹੁਣੇ-ਹੁਣੇ ਤੁਹਾਨੂੰ ਦੱਸਿਆ ਕਿਸ ਜਾਤੀ ਨਾਲ ਸੰਬੰਧ ਰੱਖਦੇ ਸੀ ਪਾਈ ਲੈਣਾ ਜੀ ਕਿਸ ਜਾਤੀ ਨਾਲ ਸੰਬੰਧ ਰੱਖਦੇ ਸੀ ਭਾਈ ਚਲ ਦੇ ਸੋ ਕਿਸ ਜਾਤੀ ਨਾਲ ਸੰਬੰਧ ਰੱਖਦੇ ਸੀ ਭਾਈ ਲੈਣਾ ਜੀ ਕਿਸ ਜਾਤੀ ਨਾਲ ਸੰਬੰਧ ਰੱਖਦੇ ਸੀ ਪਠਾਨ ਜੱਟ ਅਰੋੜੇ ਜਾਂ ਖੱਤਰੀ ਕਿਸ ਨਾਲ ਸੰਬੰਧ ਰੱਖਦੇ ਸੀ ਖੱਤਰੀ ਨਾਲ ਸੰਬੰਧ ਰੱਖਦੇ ਸੀ ਬਿਲਕੁਲ ਸਹੀ ਹੈ ਖੱਤਰੀ ਖੱਤਰੀ ਨਾਲ ਸੰਬੰਧ ਰੱਖਦੇ ਸੀ ਖੱਤਰੀ ਗੋਤਰ ਨਾਲ ਖੱਤਰੀ ਗੋਤਰ ਖੱਤਰੀ ਗੋਤਰ ਨਾਲ ਸੰਬੰਧ ਰੱਖਦੇ ਸੀ ਇਹ ਚੀਜ਼ ਨੋਟ ਕਰ ਲਓ ਖੱਤਰੀ ਗੋਤਰ ਨਾਲ ਸੰਬੰਧ ਰੱਖਦੇ ਸੀ ਬਿਲਕੁਲ ਸਹੀ ਰਾਜੀ ਬਿਲਕੁਲ ਸਹੀ ਹੈ ਚਲੋ ਵੀ ਨੈਕਸਟ ਕੁਐਸਚਨ ਭਾਈ ਲੈਣਾ ਜੀ ਦਾ ਵਿਆਹ ਕਿੰਨੀ ਉਮਰ ਵਿੱਚ ਹੋ ਗਿਆ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਬਰਥ ਕਦੋਂ ਹੋਇਆ ਸੀ ਪਾਈ ਲੈਣਾ ਜੀ ਦਾ ਬਰਥ ਹੋਇਆ ਸੀ 1500 ਤੇ 4 ਵਿੱਚ ਤੇ ਮੈਰਿਜ ਕਦੋਂ ਹੋ ਗਈ ਬਾਈ ਮੈਰਿਜ ਹੋ ਗਈ 1500 ਤੇ 19 ਵਿੱਚ ਵਾਈਫ ਦਾ ਨਾਮ ਕੀ ਸੀ ਵਾਈਫ ਦਾ ਨਾਮ ਹੈਗਾ ਸੀ ਮਾਤਾ ਖੀਵੀ ਜੀ ਮਾਤਾ ਖੀਵੀ ਜੀ ਉਹਨਾਂ ਦੀ ਤਰਮ ਪਤਨੀ ਦਾ ਨਾਮ ਸੀਗਾ ਠੀਕ ਹੈ ਤਾਂ 15 ਸਾਲ ਦੀ ਉਮਰ ਵਿੱਚ ਹੋ ਗਿਆ ਸੀ ਬਿਲਕੁਲ ਸਹੀ ਹੈ 15 ਸਾਲ ਬਿਲਕੁਲ ਸਹੀ ਬਟਾ 15 ਸਾਲ ਦੀ ਉਮਰ ਵਿੱਚ ਹੋ ਗਿਆ ਸੀ ਬਿਲਕੁਲ ਸਹੀ ਹੈ ਬਿਲਕੁਲ ਸਹੀ ਰਾਜ ਬਿਲਕੁਲ ਸਹੀ ਹੈ ਪਾਈ ਲੈਣਾ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ਕੁਐਸਚਨ ਨਹੀਂ ਆਇਆ ਕਿਸ ਨਾਲ ਹੋਇਆ ਸੀ ਕਿਸ ਨਾਲ ਹੋਇਆ ਸੀ ਬੀਬੀ ਖੀਵੀ ਜੀ ਦੇ ਨਾਲ ਹੋਇਆ ਸੀ ਕਿਸ ਨਾਲ ਹੋਇਆ ਸੀ ਬੇਟਾ ਬੀਬੀ ਖੀਵੀ ਜੀ ਦੇ ਨਾਲ ਹੋਇਆ ਸੀ ਇਹ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਬੀਬੀ ਖੀਵੀ ਜੀ ਦੇ ਨਾਲ ਹੋਇਆ ਸੀ ਪਾਈ ਲੈਣਾ ਜੀ ਆ ਵਿਆਹ ਬੀਬੀ ਖੀਵੀ ਜੀ ਦੇ ਨਾਲ ਹੋਇਆ ਸੀ ਚਲੋ ਬਈ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈਗਾ ਪਾਈ ਲੈਣਾ ਜੀ ਦੇ ਪੁੱਤਰਾਂ ਦਾ ਨਾਮ ਦੱਸੋ ਪੁੱਤਰਾਂ ਦਾ ਨਾਮ ਦੱਸੋ ਰਾਜ ਕੀ ਆਵੇਗਾ ਪੁੱਤਰਾਂ ਦਾ ਨਾਮ ਦੱਸੋ ਕੀ ਆਵੇਗਾ ਐਵੇਂ ਕਿਤੇ ਗਲਤ ਨਾ ਕਰ ਬਈਓ ਕਿਤੇ ਤੁਹਾਡੇ ਪੇਪਰ ਦੇ ਵਿੱਚ ਤੁਹਾਡਾ ਜਿਹੜਾ ਹੈਗਾ ਟੈਂਪੂ ਟੇਡਾ ਨਾ ਹੋ ਜੇ ਟੈਂਪੂ ਟੇਡਾ ਨਾ ਹੋ ਜੇ ਰਾਜੇ ਟੈਂਪੂ ਟੇਡਾ ਨਾ ਹੋ ਜੇ ਤਾਂ ਕਰਕੇ ਤੁਸੀਂ ਆਪ ਦਾ ਅੱਛੇ ਤਰੀਕੇ ਨਾਲ ਕਰ ਲੋ ਤਿਆਰੀ ਕਰ ਲੋ ਅੱਛੇ ਤਰੀਕੇ ਨਾਲ ਦੋਵੇਂ ਮੀਨਸ ਦਾਸੂ ਤੇ ਦਾਤੂ ਤੇ ਦਾਸੂ ਬਿਲਕੁਲ ਸਹੀ ਹੈ ਨੈਕਸਟ ਕੁਐਸਚਨ ਪੁੱਤਰੀਆਂ ਦੇ ਨਾਮ ਪੁੱਤਰੀਆਂ ਦੇ ਨਾਮ ਪਤਾ ਹੁਣ ਕਈ ਕਈ ਆ ਰਹੀ ਨਾ ਕਈ ਕਈ ਆ ਰਹੀ ਮੇਰੇ ਵਰਗੇ ਨੇ ਬੀਬੀ ਅਮਰੋ ਸੁਣੀ ਹੁੰਦੀ ਏ ਤਾਂ ਬੀਬੀ ਅਮਰੋ ਜਾਂ ਕਹਿੰਦੇ ਬੀਬੀ ਅਮਰੋ ਆ ਜਾਏਗਾ ਠੀਕ ਹੈ ਅਨੋਖੀ ਬੀਬੀ ਅਨੋਖੀ ਜੀ ਵੱਲ ਦੇਖਦੇ ਹੀ ਨਹੀਂ ਤਾਂ ਕਰ ਕਹਿਣਾ ਵੀ ਸਹੀ ਕਰ ਲੋ ਸਹੀ ਕਰ ਲੋ ਬੇਟਾ ਸਹੀ ਕਰ ਲੋ ਰੱਬ ਕਰਕੇ ਇਹੀ ਕੁਐਸਚਨ ਹੁਣ ਇਹੀ ਕੁਐਸਚਨ ਆਉਣਗੇ ਟੈਨਸ਼ਨ ਨਾ ਲੋ ਇਹੀ ਕੁਐਸਚਨ ਆਉਣਗੇ ਵਿਸ਼ਵਾਸ ਰੱਖਿਆ ਕਰੋ ਵਿਸ਼ਵਾਸ ਵਿਸ਼ਵਾਸ ਸਭ ਤੋਂ ਉੱਚੀ ਗੱਲ ਏ ਤੁਹਾਨੂੰ ਡੇਗਣ ਵਾਲੇ ਬਹੁਤ ਆਉਣਗੇ ਡੇਗਣ ਵਾਲੇ ਤੁਹਾਡੇ ਆਸ-ਪਾਸ ਹੀ ਬੈਠੇ ਹੋਣਗੇ ਜਿਹੜੀ ਥਾਲੀ ਚੋਂ ਖਾਣਗੇ ਉਹੀ ਥਾਲੀ ਚ ਛੇਦ ਕਰਨਗੇ ਚਲੋ ਵੀ ਨੈਕਸਟ ਕੁਐਸਚਨ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਪਹਿਲਾਂ ਕਿਸ ਦੇ ਪਗ ਸਨ ਦੱਸੋ ਜੀ ਕਿਸ ਦੇ ਪਗ ਸਨ ਜਲਦੀ ਦੱਸੋ ਬੇਟਾ ਕਿਸ ਦੇ ਪਗ ਸਨ ਕਿਸ ਦੇ ਪਗ ਸਨ ਮਾਤਾ ਜੀ ਦੇ ਮਾਤਾ ਕਹਿੰਦੇ ਦੁਰਗਾ ਮਾਤਾ ਦੇ ਤਾਂ ਦੁਰਗਾ ਮਾਤਾ ਦੇ ਪਗ ਦੁਰਗਾ ਮਾਤਾ ਦੇ ਦੁਰਗਾ ਮਾਤਾ ਦੇ ਪਗਸਨ ਮਾਤਾ ਦੁਰਗਾ ਜੀ ਦੇ ਪਾਕਿਸਤਾਨ ਬਿਲਕੁਲ ਸਹੀ ਦੁਰਗਾ ਦੇਵੀ ਮਾਤਾ ਦੁਰਗਾ ਜੀ ਦੇ ਪਗਸਨ ਦੇ ਜਵਾਲਾ ਦੇ ਵਿੱਚ ਉਹ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਸੀ ਹਨਾ ਤੁਹਾਨੂੰ ਸਭ ਨੂੰ ਪਤਾ ਹੀ ਹੈ ਚਲੋ ਵੀ ਨੈਕਸਟ ਕੁਐਸਚਨ ਆ ਗਿਆ ਹੁਣ ਆ ਗਿਆ ਭਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਮੁਲਾਕਾਤ ਹੋਈ ਕਿੱਥੇ ਮੁਲਾਕਾਤ ਹੋਈ ਬੇਟਾ ਕਿੱਥੇ ਮੁਲਾਕਾਤ ਹੋਈ ਉਹਨਾਂ ਦੀ ਕੀਰਤਪੁਰ ਕਰਤਾਰਪੁਰ ਗੋਵਿੰਦਵਾਲ ਜਾਂ ਖੰਡੂਰ ਸਾਹਿਬ ਕਿੱਥੇ ਮੁਲਾਕਾਤ ਹੋਈ ਖੰਡੂਰ ਸਾਹਿਬ ਜਿੱਥੇ ਉਹਨਾਂ ਨੇ ਮੱਲ ਅਖਾੜਾ ਬਣਾਇਆ ਸੀ ਨਾ ਮੱਲ ਅਖਾੜਾ ਬਣਾਇਆ ਸੀ ਮੇਲਾ ਮੱਲ ਅਖਾੜਾ ਅਖਾੜਾ ਬਣਾਇਆ ਸੀ ਮੱਲ ਅਖਾੜਾ ਕੀ ਹੁੰਦਾ ਬੇਟਾ ਮੱਲ ਖੜਾ ਹੁੰਦਾ ਅੱਜ ਕੱਲ ਦੀ ਜਿਮ ਅੱਜ ਕੱਲ ਦੀ ਜਿਮ ਦੇਖ ਲਓ ਉਦੋਂ ਦਾ ਮੱਲ ਅਖਾੜਾ ਦੇਖ ਲਓ ਠੀਕ ਹੈ ਤਾਂ ਇਹ ਚੀਜ਼ ਕਰਤਾਰਪੁਰ ਬਿਲਕੁਲ ਸਹੀ ਹੈ ਕਰਤਾਰਪੁਰ ਵਿੱਚ ਕੀਤਾ ਸੀ ਬਿਲਕੁਲ ਸਹੀ ਹੈ ਬਿਲਕੁਲ ਸਹੀ ਬੜਾ ਬਿਲਕੁਲ ਸਹੀ ਹੈ ਸ਼ੈਸ਼ਨ ਨੂੰ ਸ਼ੇਅਰ ਕਰ ਦਿਓ ਐਂਡ ਲਾਈਕ ਕਰ ਦਿਓ ਨੈਕਸਟ ਕੁਐਸਚਨ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਬਾਣੀ ਦੱਸੋ ਬਈ ਕਿਹੜੀ ਬਾਣੀ ਤੋਂ ਪ੍ਰਭਾਵਤ ਹੋਏ ਸੀ ਆਸਾ ਦੀ ਵਾਰ ਤੋਂ ਜਪਜੀ ਸਾਹਿਬ ਤੋਂ ਪੱਟੀ ਤੋਂ ਜਾਂ ਮਾਜ਼ ਦੀ ਵਾਰ ਤੋਂ ਕਿੱਥੋਂ ਹੋਏ ਸੀ ਰਾਜੇ ਜਲਦੀ ਦੱਸੋ ਕਿਸ ਤੋਂ ਹੋਏ ਸੀਗੇ ਜਪਜੀ ਸਾਹਿਬ ਤੋਂ ਹੋਏ ਸੀ ਬੜਾ ਜਪਜੀ ਸਾਹਿਬ ਤੋਂ ਹੋਏ ਸੀ ਜਪਜੀ ਸਾਹਿਬ ਤੋਂ ਹੋਈ ਸੀ ਜਪਜੀ ਸਾਹਿਬ ਤੋਂ ਹੋਏ ਸੀ ਹੁਣ ਫਿਰ ਕਹੋਗੇ ਕਨਫਿਊਜ਼ਨ ਹੈਗੀ ਏ ਗੁਰੂ ਨਾਨਕ ਦੇਵ ਜੀ ਦੀ ਕਿਸ ਬਾਣੀ ਤੋਂ ਹੋਏ ਸੀ ਜਪਜੀ ਸਾਹਿਬ ਤੋਂ ਹੋਏ ਸੀ ਇਹ ਚੀਜ਼ ਨੋਟ ਕਰ ਲਓ ਜਪਜੀ ਸਾਹਿਬ ਦੀ ਬਾਣੀ ਤੋਂ ਪ੍ਰਭਾਵਿਤ ਹੋਏ ਸੀ ਬੇਟਾ ਜਪਜੀ ਸਾਹਿਬ ਦੀ ਬਾਣੀ ਤੋਂ ਪ੍ਰਭਾਵਿਤ ਹੋਏ ਸੀ ਤਾਂ ਭਾਈ ਜੋਦਾ ਜਿੱਦੋਂ ਬਾਦ ਵੀ ਸੁਣੀ ਸੀ ਪਹਿਲਾਂ ਜਪਜੀ ਸਾਹਿਬ ਤੋਂ ਪ੍ਰਭਾਵਿਤ ਹੋਏ ਸੀ ਇਹ ਚੀਜ਼ ਨੋਟ ਕਰ ਲਓ ਇਹ ਚੀਜ਼ ਨੋਟ ਕਰ ਲਓ ਬੇਟਾ ਚਲੋ ਨੈਕਸਟ ਕੁਐਸਚਨ ਗੁਰੂ ਅੰਗਦ ਦੇਵ ਜੀ ਦੇ ਉਤਰਾਧਿਕਾਰੀ ਨੂੰ ਕਦੋਂ ਉਤਰਾਧਿਕ ਕਦੋਂ ਬਣਾਇਆ ਗਿਆ ਗੁਰੰਗ ਦੇ ਕਦੋਂ ਬਣਾਇਆ ਗਿਆ ਜਲਦੀ ਦੱਸੋ ਬੇਟਾ ਜਲਦੀ ਦੱਸੋ ਜਲਦੀ ਜਲਦੀ ਗੁਰੰਗਦੇਵ ਜੀ ਨੂੰ ਉਤਰਾਧਿਕ ਕਦੋਂ ਬਣਾਇਆ ਗਿਆ ਸੀਗਾ ਜਲਦੀ ਜਲਦੀ 1500 ਤੇ 39 ਵਿੱਚ 1539 ਵਿੱਚ ਉਹਨਾਂ ਨੂੰ ਉਤਰਾਧਿਕ ਬਣਾਇਆ ਗਿਆ ਤੇ 1552 ਤੱਕ ਉਹ ਗੱਦੀ ਤੇ ਰਹਿ ਠੀਕ ਹੈ ਚਲੋ ਬਈ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਤੁਹਾਡੀ ਸਕਰੀਨ ਦੇ ਉੱਪਰ ਹੈ ਨੈਕਸਟ ਕੁਐਸਚਨ ਦੇਖੋ ਬਈ ਪੁਰੰਗਦੇਵ ਜੀ ਕਦੋਂ ਤੋਂ ਲੈ ਕੇ ਕਦੋਂ ਤੱਕ ਗੱਦੀ ਤੇ ਰਹਿ ਸੀ ਆ ਗਿਆ ਵੀ ਕਦੋਂ ਤੋਂ ਲੈ ਕੇ ਕਦੋਂ ਤੱਕ ਗੱਦੀ ਤੇ ਕੀ 1539 ਤੋਂ 52 ਕਦੋਂ ਤੋਂ 1539 ਤੋਂ ਲੈ ਕੇ 1552 ਤੱਕ ਰਹਿ ਸੀ ਬੇਟਾ ਕਦੋਂ ਰਹਿ ਸੀ 1539 ਤੋਂ ਲੈ ਕੇ 1500 ਤੇ 52 ਤੱਕ ਜਿਹੜਾ ਹੈਗਾ ਉਹ ਗੱਦੀ ਤੇ ਰਹਿ ਸੀ ਉਤਰਾਧਿਕਾਰੀ ਮੀਨਸ ਭਾਵਨਾ ਉਤਰਾਧਿਕਾਰੀ ਮੀਨਸ ਉਹਨਾਂ ਦੀ ਥਾਂ ਤੇ ਫਿਰ ਕਿਹੜੇ ਗੁਰੂ ਗੁਰੂ ਬਣੇ ਮੀਨਸ ਉਹ ਆਪਣੀ ਗੱਦੀ ਕਿਹੜੇ ਗੁਰੂ ਨੂੰ ਦੇ ਕੇ ਗਏ ਸੀ ਇਹਦਾ ਇਹ ਮਤਲਬ ਹੁੰਦਾ ਹੈ ਉਤਰਾਧਿਕਾਰੀ ਮੀਨਸ ਸクセਸਰ ਇੱਕ ਤਰ੍ਹਾਂ ਸクセਸਰ ਕਹਿ ਲਓ ਇਹ ਸクセਸਰ ਕਹਿ ਲਓ ਮੰਨ ਕੇ ਚੱਲੋ ਵੀ ਤੁਹਾਡਾ ਤੁਹਾਡੇ ਜਿਹੜਾ ਹਿਗਣੇ ਤੋਂ ਤੁਹਾਡੇ ਦਾਦਾ ਜੀ ਦਾ ਮੁੰਡਾ ਇੱਕੋ ਹੀ ਹੈ ਤੁਹਾਡਾ ਫਾਦਰ ਤਾਂ ਦਾਦਾ ਜੀ ਦਾਦਾ ਜੀ ਕਿੰਨੂੰ ਅੱਗੇ ਅੱਗੇ ਵੰਸ਼ ਵੰਸ਼ ਕਿਵੇਂ ਚੱਲੇਗਾ ਤਾਂ ਦਾਦਾ ਜੀ ਆਪਣੇ ਜੋ ਜਾਇਦਾਦ ਸਭ ਕੁਝ ਹੈ ਹੈਗਾ ਆਪਣਾ ਸਭ ਕੁਝ ਕਰਿਆਕਰਮ ਕੀਤਾ ਹੋਇਆ ਉਹ ਆਪਣੇ ਪੁੱਤਰ ਨੂੰ ਦੇ ਕੇ ਜਾਣਗੇ ਇੱਥੇ ਇੱਥੇ ਕਿ ਇੱਥੇ ਇੱਕ ਗੁਰਗੱਦੀ ਚੱਲਦੀ ਹੁੰਦੀ ਸੀ ਜੋ ਉਹਨਾਂ ਦਾ ਸ਼ਿਸ਼ਟ ਹੁੰਦਾ ਸੀ ਵਧੀਆ ਸ਼ਿਸ਼ਟ ਹੁੰਦਾ ਸੀ ਜਿਨ੍ਹਾਂ ਨੂੰ ਨਜ਼ਰ ਆਉਂਦਾ ਸੀ ਉਹਨਾਂ ਨੂੰ ਗੱਦੀ ਦੇ ਕੇ ਜਾਂਦੇ ਹੁੰਦੇ ਸੀ ਠੀਕ ਹੈ ਉਹਨਾਂ ਨੂੰ ਗੱਦੀ ਦੇ ਕੇ ਜਾਂਦੇ ਹੁੰਦੇ ਸੀ ਚਲੋ ਬਈ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਆ ਗਿਆ ਆਪਣੇ ਕੋਲ ਗੁਰੂ ਅੰਗਦ ਦੇਵ ਜੀ ਕਿਹੜੇ ਨਗਰ ਦੀ ਸਥਾਪਨਾ ਕੀਤੀ ਕਿਹੜੇ ਨਗਰ ਦੀ ਸਥਾਪਨਾ ਕੀਤੀ ਬਈ ਗੁਰੂ ਅੰਗਦ ਦੇਵ ਜੀ ਨੇ ਜਲਦੀ ਦੱਸੋ ਕਿਹੜੇ ਨਗਰ ਦੀ ਗੁਰੂ ਸਥਾਪਨਾ ਕੀਤੀ ਸੀ ਖੰਡੂਰ ਸਾਹਿਬ ਖੰਡੂਰ ਸਾਹਿਬ ਹੋਰ ਇਸ ਤੋਂ ਇਲਾਵਾ ਗੁੱਡ ਈਵਿੰਗ ਰਾਜੇ ਗੁੱਡ ਈਵਿੰਗ ਚਲੋ ਪਾਵਨਾ ਵੀ ਅਨਸਰ ਲਾਤਾ किस नगर दी स्थापना ਕੀਤੀ ਜਲਦੀ ਦੱਸੋ ਗੋਵਿੰਦਵਾਲ ਅਨਸਰ ਆ ਸਕਦਾ ਦੱਸੋ ਵੀ ਗੋਵਿੰਦਵਾਲ ਅਨਸਰ ਆਸ ਤਖਨੂਰ ਸਾਹਿਬ ਤਾਂ ਹੈਗਾ ਹੀ ਹੈਗਾ ਗੋਵਿੰਦਵਾਲ ਗੋਵਿੰਦਵਾਲ ਵੀ ਅਨਸਰ ਆ ਸਕਦਾ ਅਗਰ ਗੋਵਿੰਦਵਾਲ ਅਨਸਰ ਲਾਈਏ ਗੋਵਿੰਦਵਾਲ ਅਨਸਰ ਆ ਸਕਦਾ ਸਰਚ ਕਰੋ ਵੀ ਜਲਦੀ ਜਲ ਸਰਚ ਕਰੋ ਗੋਵਿੰਦਵਾਲ ਅਨਸਰ ਆ ਸਕਦਾ ਇਹ ਅਨਸਰ ਤਾਂ ਹੈਗਾ ਹੀ ਹੈਗਾ ਖੰਡੂਰ ਸਾਹਿਬ ਤਾਂ ਹੈਗਾ ਹੀ ਹੈਗਾ ਅਗਰ ਆਪਾਂ ਨਾਲ ਡੀ ਵੀ ਅਨਸਰ ਲਗਾਈਏ ਡੀ ਅਨਸਰ ਵੀ ਆਪਣੇ ਕੋਲ ਹੈਗਾ ਡੀ ਅਨਸਰ ਵੀ ਹੈਗਾ ਜਲਦੀ ਆਸੋ ਗੋਵਿੰਦਵਾਲ ਵੀ ਹੈਗਾ ਆਪਣੇ ਕੋਲ ਆ ਸਕਦਾ ਤੇ ਆ ਸਕਦਾ ਤਾਂ ਆ ਸਕਦਾ ਫਿਰ ਆ ਸਕਦਾ 10 ਦਿਨ 10 ਦਿਨ ਦੇ ਚੱਕ ਕੇ ਰੀਨਾ ਨੂੰ ਫੜ ਲਿਆ ਬੀਰੀਨਾ ਤੂੰ ਲੇਟ ਕਿਉਂ ਆਈ ਏ ਤੁਸੀਂ ਰੀਨਾ ਤੋਂ ਅਰੀਨਾ ਤੋਂ ਟਿੰਡੇ ਲੈਣੇ ਨੇ ਅਗਲੀ ਲੇਟ ਆਵੇ ਸਵੇਰ ਆਵੇ ਦੁਪਹਿਰ ਆਵੇ ਸ਼ਾਮੀ ਆਵੇ ਤੁਸੀਂ ਆਪਣੇ ਅਨਸਰ ਦਿਆ ਕਰੋ ਅਨਸਰ ਦਿਆ ਕਰੋ ਅਨਸਰ ਦਿਆ ਕਰੋ ਬੇਟਾ ਤੁਸੀਂ ਆਪਣੀਆਂ ਅਨਸਰ ਦਿਆ ਕਰੋ ਠੀਕ ਹੈ ਜੋ ਇੰਪੋਰਟੈਂਟ ਕੁਐਸਚਨ ਨੇ ਉਹ ਸਾਰੇ ਕਰਵਾ ਰਹੇ ਹਾਂ ਬੇਟਾ ਜੋ ਇੰਪੋਰਟੈਂਟ ਕੁਐਸਚਨ ਨੇ ਉਹ ਸਾਰੇ ਕਰਵਾ ਰਹੇ ਹਾਂ ਚਲੋ ਨੈਕਸਟ ਕੁਐਸਚਨ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਵਾਰਸਾਂ ਨੇ ਕਿੱਥੋਂ ਕੱਢਿਆ ਸੀ ਕਿੱਥੋਂ ਕੱਢਤਾ ਸੀ ਜਲਦੀ ਦੱਸ ਤੋ ਬੇਟਾ ਕਿੱਥੋਂ ਕੱਢਤਾ ਸੀਗਾ ਕਿਹੜਾ ਪਿਛਲੇ ਵਾਲਾ ਅਨਸਰ ਦੱਸ ਦੋ ਦੱਸ ਤਾਂ ਦਿੱਤਾ ਯਾਰ ਹੋਰ ਕਿਹੜਾ ਅਨਸਰ ਦੱਸਾਂ ਮੈਂ ਦੋਨੋਂ ਦੱਸ ਤਾਂ ਦਿੱਤੇ ਏ ਵੀ ਆਵੇਗਾ ਤੇ ਡੀ ਵੀ ਆਵੇਗਾ ਦੋਨੋਂ ਅਨਸਰ ਦੱਸ ਤਾਂ ਦਿੱਤੇ ਆ ਜਿਹੜਾ ਕੀਰਤਪੁਰ ਲਾਰਿਆ ਸੀਗੇ ਜਿਹੜੇ ਇੱਥੇ ਅਨਸਰ ਅਗਲਾ ਜਿਹੜਾ ਅਗਲਾ ਜਿਹੜਾ ਹੈਗਾ ਅਗਲਾ ਜਿਹੜਾ ਹੈਗਾ ਇੱਥੇ ਕਰਤਾਰਪੁਰ ਕੀਰਤਪੁਰ ਲਾਰਿਆ ਸੀ ਕੀਰਤਪੁਰ ਵਾਲੇ ਕਿਹੜੇ-ਕਿਹੜੇ ਸੀ ਇਹਤੇ ਕਰਤਾਰਪੁਰ ਆਵੇਗਾ ਕਰਤਾਰਪੁਰ ਕਰਤਾਰਪੁਰ ਸਾਹਿਬ ਤੋਂ ਉਹਨਾਂ ਨੂੰ ਕੱਢਿਆ ਸੀ ਵਾਰਸਾਂ ਨੂੰ ਕਰਤਾਰਪੁਰ ਸਾਹਿਬ ਤੋਂ ਕੱਢਿਆ ਸੀ राजे ਕਰਤਾਰਪੁਰ ਸਾਹਿਬ ਤੋਂ ਵਾਰਸਾਂ ਨੂੰ ਕੱਢਿਆ ਸੀ ਇਹ ਚੀਜ਼ਾਂ ਨੋਟ ਕਰ ਲਓ ਕਰਤਾਰਪੁਰ ਸਾਹਿਬ ਦੇ ਵਾਰਸਾਂ ਨੂੰ ਕੱਢਿਆ ਸੀਗਾ ਨੈਕਸਟ ਕੁਐਸਚਨ ਖੰਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਨੇ ਕਿੱਥੇ ਬਣਾਇਆ ਸੀ ਕਿੱਥੇ ਬਣਾਇਆ ਸੀ ਗੁਰਦਾਸਪੁਰ ਪਟਿਆਲਾ ਤਰਨਤਾਰਨ ਜਾਂ ਅੰਮ੍ਰਿਤਸਰ ਕਿੱਥੇ ਬਣਾਇਆ ਸੀ ਜਲ ਜਲ ਜ ਦੱਸੋ ਬਈ ਕਿੱਥੇ ਬਣਾਇਆ ਸੀਗਾ ਸ਼ੈਸ਼ ਨੂੰ ਸ਼ੇਅਰ ਕਰ ਦਿਓ ਐਂ ਲਾਈਕ ਕਰ ਦਿਓ ਕਰਤਾਰਪੁਰ ਕਿੱਥੇ ਬਣਾਇਆ ਸੀ ਤਰਨਤਾਰਨ ਬਣਾਇਆ ਸੀ ਅਮਰਸਥਰ ਬਣਾਇਆ ਸੀਗਾ ਪਟਿਆਲਾ ਬਣਾਇਆ ਸੀ ਜੇ ਗੁਰਦਾਸਪੁਰ ਬਣਾਇਆ ਸੀ ਕਿੱਥੇ ਕਿੱਥੇ ਬਣਾਇਆ ਸੀ ਬੇਟਾ ਖੰਡੂਰ ਸਾਹਿਬ ਕਿੱਥੇ ਹੈਗਾ ਕਿਹੜੇ ਜ਼ਿਲ੍ਹੇ ਚ ਪਾਇਆ ਜਾਂਦਾ ਕਿੱਥੇ ਬਣਾਇਆ ਸੀ ਤਰਨਤਾਰਨ ਬਣਾਇਆ ਸੀ ਬਿਲਕੁਲ ਸਹੀ ਬੜਾ ਤਰਨਤਾਰਨ ਬਣਾਇਆ ਸੀ ਬਿਲਕੁਲ ਸਹੀ ਹੈ ਕਿੱਥੇ ਬਣਾਇਆ ਸੀ ਤਰਨਤਾਰਨ ਬਣਾਇਆ ਸੀਗਾ ਲਾਈਕ ਕਰ ਦਿਓ ਬੜਾ ਜੋ ਬੱਚੇ ਬੈਠੇ ਨੇ ਸਾਰੇ ਲਾਈਕ ਕਰ ਦਿਨ ਸੈਸ਼ਨ ਨੂੰ ਲਾਈਕ ਕਰ ਦਿਓ ਬੜਾ ਸੈਸ਼ਨ ਨੂੰ ਗੁਰੂ ਅੰਗਦ ਦੇਵ ਜੀ ਨੇ ਕਿਹੜੀ ਲਿਪੀ ਵਿੱਚ ਸੋਧ ਕੀਤੀ ਕਿਹੜੇ ਲਿਪੀ ਸੋਧ ਕੀਤੀ ਬੇਟਾ ਉਹਨਾਂ ਨੇ ਬਿਲਕੁਲ ਪੇਪਰ A ਦੀ ਤਿਆਰੀ ਚੱਲ ਰਹੀ ਹੈ ਬੇਟਾ ਪੇਪਰ A ਦੀ ਤਿਆਰੀ ਚੱਲ ਰਹੀ ਹੈ ਤੁਹਾਨੂੰ ਥੰਮੇਲ ਤੋਂ ਪਤਾ ਲੱਗ ਗਿਆ ਹੋਣਾ ਪੇਪਰ A ਦੀ ਤਿਆਰੀ ਚੱਲ ਰਹੀ ਹੈ ਬੇਟਾ ਠੀਕ ਹੈ ਤਾਂ 35 ਅਖਰੀ 35 ਅਖਰੀ ਬਣਾਈ ਸੀ 35 ਹਨਾ 35 ਅਖਰੀ ਗੁਰਮੁਖੀ 35 ਅਖਰੀ ਬਣਾਈ ਸੀ ਸਭ ਨੂੰ ਪਤਾ ਹੈ 35 ਅਖਰੀ ਬਣਾਈ ਸੀ ਬੇਟਾ 35 ਅਖਰੀ ਨੈਕਸਟ ਕੁਐਸਚਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰ ਅੰਗਦ ਦੇਵ ਜੀ ਨੇ ਕਿਸ ਤੋਂ ਲਿਖਵਾਈ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰ ਅੰਗਦ ਦੇਵ ਜੀ ਨੇ ਕਿਸ ਤੋਂ ਲਿਖਵਾਈ ਸੀ ਕਿਸ ਤੋਂ ਲਿਖਵਾਈ ਸੀ ਬੇਟਾ ਜਲਦੀ ਦੱਸੋ ਕਿਸ ਤੋਂ ਲਿਖਵਾਈ ਸੀਗੀ 27 ਦਾ ਪੰਜਾਬੀ ਵੀ ਕਰ ਲਿਆ ਕਰੋ ਰੀਨਾ ਪੰਜਾਬੀ ਵੀ ਕਰ ਲਿਆ ਕਰੋ ਪੰਜਾਬੀ ਤੋਂ ਪਹਿਲਾਂ ਇੰਗਲਿਸ਼ ਪੰਜਾਬੀ ਤੋਂ ਪਹਿਲਾਂ ਤੁਹਾਡੀ ਇੰਗਲਿਸ਼ ਹੋਣੀ ਹੈ ਪਹਿਲਾਂ ਤੁਹਾਡੀ ਪੰਜਾਬੀ ਆਉਣੀ ਹੈ ਪਹਿਲਾ ਪੇਪਰ A ਹੋਣਾ ਜਿਸ ਦਿਨ ਤੁਸੀਂ ਪੇਪਰ ਦੇਣ ਬੈਠੋਗੇ ਨਾ ਤਾਂ ਪਹਿਲੇ ਪਹਿਲਾਂ A ਪੇਪਰ A ਦੇ ਕੁਐਸਚਨ ਆਉਣੇ ਨੇ ਪੇਪਰ B B B ਤਾਂ ਸੈਕਿੰਡ ਸੈਕਿੰਡ ਫੇਅਰ ਹੋਣਾ ਹੈ ਠੀਕ ਹੈ ਪਹਿਲਾਂ ਉਸੇ ਦਿਨ ਜਿਹੜਾ ਹੈਗਾ ਉਹ ਪਹਿਲਾਂ B A ਪਹਿਲਾਂ A ਪੇਪਰ ਹੋਣਾ ਹੈ A অপਸ਼ਨ ਚਲੋ ਨੈਕਸਟ ਕੁਐਸਚਨ ਗੁਰੂ ਅੰਗਦ ਦੇਵ ਜੀ ਨੇ ਆਪਣੇ ਰਾਗੀਆਂ ਨੂੰ ਆਪਣੇ ਦਰਬਾਰ ਵਿੱਚੋਂ ਕੱਢ ਦਿੱਤਾ ਕਿੰਨੂ 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 ਕੱਢਿਆ ਸੀ ਰਾਜੇ 28 ਜਲਦੀ ਜਲਦੀ ਸ਼ੇਸ਼ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਾਢੇ 7 ਵਜੇ ਫਿਰ ਕਲਾਸ ਹੈਗੀ ਪੰਜਾਬ ਜੀਕੇ ਦੀ ਸਾਢੇ 7 ਵਜੇ ਪੰਜਾਬ ਜੀਕੇ ਦੀ ਕਲਾਸ ਹੈਗੀ ਰਾਜੇ ਸਾਢੇ 7 ਵਜੇ ਪੰਜਾਬ ਜੀਕੇ ਦੀ ਕਲਾਸ ਹੈਗੀਏ ਅਗਰ ਦਾਵੇਂ ਤੁਹਾਡੇ ਵਿੱਚ ਅਗਰ ਤੁਹਾਨੂੰ ਪੰਜਾਬ ਜੀਕੇ ਆਉਂਦੀ ਏ ਤਾਂ ਤੁਸੀਂ ਕਲਾਸ ਲਗਾ ਲੈਣਾ ਠੀਕ ਹੈ ਤੁਹਾਨੂੰ ਦੇਖਾਂਗੇ ਤੁਹਾਨੂੰ ਸਾਰਿਆਂ ਨੂੰ ਸਾਰੇ ਕੁਐਸਚਨ ਆਉਂਦੇ ਕਿ ਨਹੀਂ ਆਉਂਦੇ ਦੱਸੋ ਰਾਜੇ ਸੱਤਾ ਤੇ ਬਲਵੰਡ ਦੋਨੋਂ ਉਹਨਾਂ ਨੂੰ ਠੀਕ ਹੈ ਚਲੋ ਬਈ ਨੈਕਸਟ ਕੁਐਸਚਨ ਸੀ ਗਰੁੱਪ ਏ ਚਲੋ ਨੈਕਸਟ ਕੁਐਸਚਨ ਗੁਰੰਗਰ ਦੇਵ ਜੀ ਨੇ ਗੋਵਿੰਦਵਾਲ ਦੀ ਸਥਾਪਨਾ ਕਦੋਂ ਕੀਤੀ ਦੱਸੋ ਵੀ ਗੋਵਿੰਦਵਾਲ ਦੀ ਸਥਾਪਨਾ ਗੁਰੰਗਰ ਦੇਵ ਜੀ ਨੇ ਕਦੋਂ ਕੀਤੀ ਤੁਹਾਨੂੰ ਮੈਂ ਪਿੱਛੇ ਦੱਸਿਆ ਸੀਗਾ ਵੀ ਖੰਡੂਰ ਸਾਹਿਬ ਵੀ ਆਨਸਰ ਸਹੀ ਹੋਵੇਗਾ ਐਂਡ ਗੋਵਿੰਦਵਾਲ ਵੀ ਆਨਸਰ ਸਹੀ ਹੋਵੇਗਾ ਆਲੋ ਗੋਵਿੰਦਵਾਲ ਵੀ ਆ ਗਿਆ ਦੱਸੋ ਵੀ ਕਦੋਂ ਸਥਾਪਨਾ ਕੀਤੀ ਜਲਦੀ ਦੱਸੋ ਕਦੋਂ ਸਥਾਪਨਾ ਕੀਤੀ ਅੱਗੇ-ਅੱਗੇ ਸਭ ਕੁਝ ਹੋਵੇਗਾ ਅੱਜ ਮੈਂ ਸਭ ਅੱਜ ਮੈਂ ਅੱਜ ਮੈਂ ਐਨੀਮੀ ਅੱਜ ਮੈਂ ਸੱਭੇ ਚਰਵੀ ਕਰਵਾਦਾ ਹਿਸਟਰੀ ਵੀ ਕਰਵਾਦਾ ਵਿਆਕਰਨ ਵੀ ਕਰਵਾਦਾ ਡੇਲੀ ਦੇਖੋਗੇ ਤਾਂ ਸਭ ਕੁਝ ਹੋ ਜਾਏਗਾ ਠੀਕ ਹੈ ਡੇਲੀ ਦੇਖੋਗੇ ਤਾਂ ਸਭ ਕੁਝ ਹੋ ਜਾਏਗਾ ਵੇਟ ਕਰਨੀ ਪੈਗੀ ਸਬਰ ਕਰਨਾ ਪੈਗਾ ਮਹੀਨਾ ਲੱਗ ਜਾਵੇਗਾ ਪੰਜਾਬੀ ਪੂਰੀ ਹੁੰਦੇ ਨੂੰ ਇਹ ਨਹੀਂ ਤੁਸੀਂ ਕਹਿ ਦੋ ਵੀ ਇੱਕ ਦਿਨ 10 ਦਿਨ ਕਲਾਸਾਂ ਚ ਪੰਜਾਬੀ ਪੂਰੀ ਹੋ ਜਾਣੀ ਇੱਕ ਮਹੀਨਾ ਲੱਗ ਜਾਏਗਾ ਪੰਜਾਬੀ ਪੂਰੀ ਹੁੰਦੇ ਨੂੰ राजे ਇੱਕ ਮਹੀਨਾ ਲੱਗ ਜਾਏਗਾ ਠੀਕ ਹੈ ਮਾਰਚ ਤੱਕ ਕਲਾਸਾਂ ਚੱਲਣਗੀਆਂ ਮਾਰਚ ਤੱਕ ਕਲਾਸਾਂ ਚੱਲਣਗੀਆਂ ਵਾਲੀਆਂ ਮਾਰਚ ਤੱਕ ਕਲਾਸਾਂ ਚੱਲਣਗੀਆਂ ਮਾਰਚ ਤੱਕ ਕਲਾਸਾਂ ਚੱਲਣਗੀਆਂ ਸਬਰ ਰੱਖ ਲੋ ਸਬਰ ਰੱਖ ਲੋ ਰਈ ਸਬਰ ਰੱਖ ਲੋ ਸਬਰ ਦਾ ਫਲ ਮਿੱਠਾ ਹੁੰਦਾ ਹੈ ਨਹੀਂ ਤਾਂ ਨਹੀਂ ਤਾਂ ਕਹਿੰਦੇ ਨੇ ਨਹੀਂ ਤਾਂ ਕਹਿੰਦੇ ਨੇ ਵੀ ਘਰੇ ਲਿਆਂਦੇ ਸੇਬ ਵੀ ਕਾਣੇ ਨਿਕਲ ਜਾਂਦੇ ਨੇ ਦਸੌਵੀਂ ਕਿਹੜਾ ਹੋਵੇਗਾ 1542 ਪੇਪਰ ਦਾ 26 ਫੈਬ ਨੂੰ ਹੈ ਤਾਂ ਅਸੀਂ ਕਿਹੜਾ ਸਟੈਨੋ ਵਾਸਤੇ ਸਪੈਸ਼ਲ ਸਟਾਰਟ ਕੀਤੀ ਹੈ ਇਹ ਪਹਿਲਾਂ ਇਹ ਦੱਸੋ ਅਸੀਂ ਕਿਹੜਾ ਸਟੈਨੋ ਵਾਸਤੇ ਸਪੈਸ਼ਲ ਸਟਾਰਟ ਕੀਤੀ ਹੈ ਅਸੀਂ ਦਾ ਐਕਸਰਸਾਈਜ਼ ਹੋ ਗਿਆ ਪੀ ਟ੍ਰਿਪਲ ਐਸ ਬੀ ਦੇ ਜੋ ਇਗਜ਼ਾਮ ਹੋ ਗਏ ਨੇ ਕਲਰਕ ਕਲਰਕ ਹੋ ਗਿਆ ਆਪਣਾ ਗ੍ਰਾਮ ਸੇਵਕ ਹੋ ਗਿਆ ਉਹਦੇ ਵਾਸਤੇ ਸਟਾਰਟ ਕੀਤੀ ਹੈ ਠੀਕ ਹੈ ਜਿੰਨੂੰ ਜਲਦਾ ਜਿੰਨੂੰ ਜਿਆਦਾ ਛੇਤੀ ਉਹ ਪਹਿਲਾਂ ਕਿਸੇ ਤੋਂ ਵੀ ਪੇਡ ਬੈਚ ਲੈ ਕੇ ਕਰ ਸਕਦਾ ਹੈ ਸਾਡੇ ਕੋਲ ਪੰਜਾਬੀ ਦਾ ਕੋਈ ਸਪੈਸ਼ਲ ਪੇਡ ਬੈਚ ਨਹੀਂ ਚੱਲ ਰਿਹਾ ਮੈਂ ਤੁਹਾਨੂੰ ਸਪੈਸ਼ਲ ਕਹਿਦਾ ਠੀਕ ਹੈ ਅਗਰ ਕਿਸੇ ਨੇ 26 ਤਰੀਕ ਤੋਂ ਪਹਿਲਾਂ ਸਟਾਰਟ ਪਹਿਲਾਂ ਕਰਨੀ ਹੈ 26 ਫਰਵਰੀ ਤੋਂ ਪਹਿਲਾਂ ਕਰਨੀ ਹੈ ਤਾਂ ਬਾਜ਼ਾਰ ਚ ਬਹੁਤ ਬੁਕਸ ਪਈਆਂ ਨੇ ਉੱਥੋਂ ਕਰ ਸਕਦਾ ਠੀਕ ਹੈ राजे 26 ਤਰੀਕ ਤੱਕ ਤਾਂ ਬਹੁਤ ਕੁਝ ਹੋ ਜਾਏਗਾ ਵੇਟ ਤਾਂ ਕਰੋ ਵੇਟ ਨਹੀਂ ਕਰਦੇ ਤੁਸੀਂ ਇੱਕ ਤੁਸੀਂ ਕਹਿੰਦੇ ਹੋ ਵੀ ਅੱਜ ਹੀ ਅੱਜ ਹੀ ਅਸੀਂ ਅੱਜ ਹੀ ਲੱਗ ਜੀਏ ਆ ਜਦ ਇੱਕ ਇੱਕ ਪੰਤਾ ਚੱਕਰ ਕੀ ਹੁੰਦਾ ਮੈਂ ਤੁਹਾਨੂੰ ਇੱਕ ਨਾ ਲਾਸਟ ਇਅਰ ਦੀ ਗੱਲ ਦੱਸਦਾ ਲਾਸਟ ਇਅਰ ਦੀ ਗੱਲ ਦੱਸਦਾ ਲਾਸਟ ਇਅਰ ਜਦੋਂ ਆਹ ਵਾਲੀ ਨੈਬ ਤਹਿਸੀਲਦਾਰ ਦੀ ਵੈਕੰਸੀ ਆਈ ਸੀ ਤੇ ਇੱਕ ਪਟਵਾਰੀ ਦੀ ਵੈਕੰਸੀ ਆਈ ਸੀ ਨੈਬ ਤਹਿਸੀਲਦਾਰ ਦੀ ਵੈਕੰਸੀ ਆਈ ਸੀ ਪਟਵਾਰੀ ਦੀ ਵੈਕੰਸੀ ਆਈ ਸੀ ਠੀਕ ਹੈ ਜਿਸ ਦਿਨ ਜਿਸ ਦਿਨ ਰਾਜੇ ਜਿਸ ਦਿਨ ਨੈਬ ਪਹਿਲੀ ਪਹਿਲੀ ਵੈਕੰਸੀ ਹੈਗੀ ਸੀ ਨੈਬ ਤਹਿਸੀਲਦਾਰ ਦੀ ਵੈਕੰਸੀ ਹੈਗੀ ਸੀ ਪਹਿਲੀ ਵੈਕੰਸੀ 2021 ਦੀ ਗੱਲ ਹੈ ਮੈਨੂੰ ਲੱਗਦਾ ਹੈ ਠੀਕ ਹੈ ਤਾਂ ਉਦੋਂ ਕਿ ਉਦੋਂ ਕੀ ਹੋਇਆ ਸੀਗਾ ਸਭ ਤੋਂ ਪਹਿਲੀ ਨੈਬ ਤਹਿਸੀਲਦਾਰ ਦੀ ਵੈਕੈਂਸੀ ਸੀਗੀ ਤਾਂ ਲਾਇਬ੍ਰੇਰੀਆਂ ਹੀ ਤੁਸੀਂ ਲਾਇਬ੍ਰੇਰੀਆਂ 'ਚ ਜੇ ਕੋਈ ਪੜਦਾ ਹੋਵੇਗਾ ਬੱਚਾ ਤਾਂ ਲਾਇਬ੍ਰੇਰੀਆਂ 'ਚ ਕਿਸੇ ਨੇ ਦੇਖਿਆ ਹੋਵੇਗਾ ਸਾਰਿਆਂ ਦੇ ਹੱਥਾਂ ਵਿੱਚ ਨਾ ਕੀ ਸੀਗਾ ਸਾਰਿਆਂ ਦੇ ਹੱਥਾਂ ਵਿੱਚ ਜੀਐਸ ਦੀਆਂ ਕਿਤਾਬਾਂ ਸੀਗੀਆਂ ਠੀਕ ਹੈ ਤਾਂ ਲੋਹੜੀ ਵਾਲੇ ਦਿਨ 15 16 ਦਿਨਾਂ ਬਾਅਦ ਪਟਵਾਰੀ ਦੀ ਨੋਟੀਫਿਕੇਸ਼ਨ ਆ ਗਈ ਕਿਸੇ ਦੇ ਹੱਥ ਜੀਐਸ ਦੀ ਕਿਤਾਬ ਨਹੀਂ ਸੀ ਸਾਰਿਆਂ ਦੇ ਹੱਥਾਂ 'ਚ ਆਪਣੀ ਐਗਰੀਕਲਚਰ ਦੀ ਕਿਤਾਬ ਸੀ ਕਿਵੇਂ 15 ਦਿਨਾਂ 'ਚ ਤੁਸੀਂ ਨੈਬ ਬਣ ਗਏ ਤਾਂ ਹੁਣ ਤੁਸੀਂ ਐਗਰੀਕਲਚਰ ਫੜ ਕੇ ਤੁਸੀਂ ਪਟਵਾਰੀ ਬਣ ਜਾਓਗੇ ਠੀਕ ਹੈ ਆ ਤੁਹਾਡਾ ਜਿੰਨਾ ਆ ਦਿਮਾਗ ਸੋਚ ਵੱਡੀ ਨਹੀਂ ਹੁੰਦੀ ਨਾ ਸੋਚ ਵੱਡੀ ਨਹੀਂ ਹੁੰਦੀ ਉਹਨਾਂ ਚਿਰ ਕੁਝ ਨਹੀਂ ਬਣ ਸਕਦੇ ਭਾਵੇਂ ਸਾਰਾ ਦਿਨ ਸਾਡੀਆਂ ਕਲਾਸਾਂ ਲਾਈ ਜੋ ਭਾਵੇਂ ਤੁਸੀਂ ਕਿਸੇ ਹੋਰ ਚੈਨਲ ਦੀਆਂ ਸਾਰਾ ਦਿਨ ਕਲਾਸਾਂ ਲਾਈ ਜੋ ਉਹਨਾਂ ਦੇ ਨਾਲ ਪਾਸ ਨਹੀਂ ਹੋਣਾ ਜਦੋਂ ਤੁਸੀਂ ਦਿਮਾਗ ਦੀ ਆਪਣੀ ਖੋਪੜੀ ਖੋਲੋਗੇ ਨਾ ਖੋਪੜੀ ਖੋਲੋਗੇ ਉਦੋਂ ਹੀ ਤੁਸੀਂ ਉਹਦੇ ਪਾਸ ਹੋਣਾ ਹੈ YouTube ਤੇ ਟੀਚਰ ਬਹੁਤ ਮਿਲ ਜਾਣਗੇ ਬਹੁਤ ਰਿਸਪੈਕਟਿਵ ਟੀਚਰ ਨੇ ਰਿਸਪੈਕਟ ਬਹੁਤ ਟੀਚਰਾਂ ਦੀ ਠੀਕ ਹੈ ਬਹੁਤ ਅੱਛਾ ਮਟੀਰੀਅਲ ਅੱਛਾ ਮੇਰੇ ਤੋਂ ਵੀ ਬਹੁਤ ਅੱਛਾ ਕੋਈ ਟੀਚਰ ਕਰਵਾਉਂਦੇ ਹੋਣਗੇ ਬਹੁਤ ਟੀਚਰ ਮਿਲ ਜਾਣਗੇ ਪਰ ਉਹਨਾਂ ਦੇ ਕਰਵਾਏ ਨਾਲ ਵੀ ਤੁਸੀਂ ਪਾਸ ਨਹੀਂ ਹੋਣਾ ਜਿੰਨਾ ਤੁਸੀਂ ਆਪਣੀ ਖੋਪੜੀ ਨਹੀਂ ਖੋਲਦੇ ਖੋਪੜੀ ਖੋਲੋਗੇ ਤਾਂ ਪਾਸ ਹੋਵੋਗੇ ਖੋਪੜੀ ਖੋਲੋਗੇ ਤਾਂ ਘਰੇ ਬੈਠੇ ਬਾਜ਼ਾਰ ਤੋਂ ਲਿਆਂਦੀ ਕਹਿ ਦੋ ਵੀ ਸਵਰਨ ਦੀ ਬੁੱਕ ਤੋਂ ਵੀ ਪਾਸ ਹੋ ਜਾਓਗੇ ਨਹੀਂ ਪਾਸ ਹੋਣਾ ਭਾਵੇਂ ਤੁਸੀਂ ਲక్ష్ਮੀ ਕਾਂ ਤੋਂ ਪੋਲਿਟੀ ਕਰ ਲਓ ਤਾਂ ਵੀ ਨਹੀਂ ਤੁਸੀਂ ਪਾਸ ਹੋਣਾ ਇਹ ਚੀਜ਼ ਮੇਰੀ ਨੋਟ ਕਰ ਲੈਣਾ ਠੀਕ ਹੈ ਚਲੋ ਆਹ ਦੇਖ ਲਓ ਭਾਈ ਕੀ ਕਿਹੜਾ ਆਨਸਰ ਸੀਗਾ 42 ਵਾਲਾ ਚਲੋ ਨੈਕਸਟ ਕੁਐਸਚਨ ਆਹ ਅੱਗੇ ਦੇਖੋ ਅੰਗਦ ਦੇਵ ਜੀ ਦੇ ਕਿੰਨੇ ਸ਼ਲੋਕ ਸਨ ਹੁਣ ਅੰਗਦ ਦੇਵ ਦੇ ਸ਼ਲੋਕ ਹੁਣ ਇੱਥੇ ਦੇਖੋ ਜਿਹੜਾ ਆ ਆਪਣੇ ਕੋਲ ਪਿੱਛੇ ਕਹਿ ਰਿਹਾ ਸੀ ਆਪਣਾ ਬੱਚਾ ਕਹਿ ਰਿਹਾ ਸੀ ਆ ਕਲਰਕ ਜੀ ਕਹਿ ਰਿਹਾ ਸੀਗਾ ਆ ਕਲਰਕ ਜੀ ਕਹਿ ਰਿਹਾ ਸੀਗਾ ਆ ਆਪਣਾ ਵੀ ਆ 63 ਤੇ 60 63 ਤੇ 62 ਦੇ ਵਿੱਚ ਕਨਫਿਊਜ਼ਨ ਸੈੱਟ ਕਰੋ ਆ ਦੇਖੋ ਹੁਣ ਇੱਥੇ 62 ਨਹੀਂ ਆਇਆ ਨਾ ਇਹਦੇ 60 63 ਨਹੀਂ ਆ 62 ਆ ਗਿਆ 62 ਲਾਉਗੇ ਬੇਟਾ ਠੀਕ ਹੈ ਇਹ ਤੁਹਾਡੀ ਕਨਫਿਊਜ਼ਨ ਸੀਗੀ ਇਹ ਤੁਹਾਡੀ ਕਨਫਿਊਜ਼ਨ ਬੇਟਾ ਦੂਰ ਹੋ ਗਈ ਤਾਈਓ ਮੈਂ ਕਹਿਣਾ ਹੁੰਦਾ ਸਬਰ ਦਾ ਫਲ ਮਿੱਠਾ ਹੁੰਦਾ ਸਬਰ ਕਰ ਲੋ ਕਹਿੰਦੇ ਨੇ ਸਬਰ ਕਰ ਲੋ ਬੇਟਾ ਸਬਰ ਕਰ ਲੋ ਅਗਰ ਮੋਦੀ ਮੋਦੀ ਸਬਰ ਨਾ ਕਰਦਾ ਤਾਂ ਮੋਦੀ ਹੁਣ ਨੂੰ ਦੋ ਵਾਰੀ ਪੀਐਮ ਨਾ ਬਣਿਆ ਹੁੰਦਾ ਠੀਕ ਹੈ ਮੋਦੀ ਅਗਰ ਦੋ ਰਿਪੀਟ ਹੋ ਗਿਆ ਤਾਂ ਮੋਦੀ ਤਾਈਓ ਪੀਐਮ ਬਣ ਗਿਆ ਅਗਰ ਅੰਬਾਨੀ ਅੰਬਾਨੀ ਕਹ ਦੋ ਵੀ ਅੰਬਾਨੀ ਅੰਬਾਨੀਕ ਛੋਟੇ ਦੇ ਕਮਰੇ ਚ ਬਹਿ ਕੇ ਸਬਰ ਸਬਰ ਕਰਕੇ ਇੱਕ ਪੂਰਾ ਆਪਣਾ ਦਿਲ ਲਾ ਕੇ ਕੰਮ ਨਾ ਕਰਦਾ ਤਾਂ ਅੱਜ ਦੁਨੀਆ ਦਾ ਇੰਨਾ ਵੱਡਾ ਬੰਦਾ ਨਾ ਬੰਦਾ ਠੀਕ ਹੈ ਸਬਰ ਨਾਲ ਸਭ ਕੁਝ ਹੋ ਜਾਂਦਾ ਹੈ ਸਬਰ ਨਾਲ ਬੇਟਾ ਸਭ ਕੁਝ ਹੋ ਜਾਂਦਾ ਹੈ ਸਬਰ ਨਾਲ ਸਭ ਕੁਝ ਹੋ ਜਾਂਦਾ ਹੈ ਤਾਂ ਮੈਂ ਤੁਹਾਨੂੰ ਆਪਣੀ ਗੱਲ ਦੱਸਾਂ ਜਦੋਂ ਅਸੀਂ ਇੰਸਟੀਚਿਊਟ ਸਟਾਰਟ ਕੀਤਾ ਸੀ ਨਾ ਇੰਸਟੀਚਿਊਟ ਸਟਾਰਟ ਕੀਤਾ ਸੀ ਅਸੀਂ ਤਾਂ ਸਾਡੇ ਕੋਲ ਪਹਿਲੇ 2 ਮਹੀਨੇ ਇੱਕੋ ਬੱਚਾ ਸੀਗਾ ਪਹਿਲੇ 2 ਮਹੀਨੇ ਇੱਕੋ ਬੱਚਾ ਸੀ ਪਹਿਲੇ 2 ਮਹੀਨੇ ਸਾਡੇ ਕੋਲ ਉਹ ਵੀ ਸਾਡੇ ਉਹ ਵੀ ਸਾਡੇ ਸ਼ਰੀਕੇ ਚੋਂ ਸਾਡੀ ਜਾਨ ਪਛਾਨਦਾ ਸੀਗਾ ਪਹਿਲੇ 2 ਮਹੀਨੇ ਇੱਕੋ ਬੱਚਾ ਸੀਗਾ ਅਗਰ ਉਹ ਅਸੀਂ 2 ਮਹੀਨੇ ਕਹਿੰਦੇ ਵੀ ਅਸੀਂ 2 ਮਹੀਨਿਆਂ ਚ ਅਸੀਂ ਕਹਿ ਦੋ ਵੀ ਦਿੱਲੀ ਦਾ ਬੜਾ ਵੱਡਾ ਇੰਸਟੀਚਿਊਟ ਬਣ ਜਾਣਾ ਅਸੀਂ ਤਾਂ ਕੁਝ ਵੀ ਨਾ ਬਣ ਸਕਦੇ ਫਿਰ ਠੀਕ ਹੈ ਸਬਰ ਕੀਤਾ ਇੱਥੇ ਤੱਕ ਪਹੁੰਚ ਗਏ ਤੁਹਾਡੇ ਸਾਹਮਣੇ ਖੜੇ ਹੋਇਆ ਠੀਕ ਹੈ ਸਬਰ ਕੀਤਾ ਤੁਹਾਡੇ ਸਾਹਮਣੇ ਜਿਹੜਾ ਉਹ ਅਸੀਂ ਪਹੁੰਚ ਖੜੇ ਹੋਇਆ ਰੱਬ ਨੇ ਬਹੁਤ ਕੁਝ ਦਿੱਤਾ ਸਾਨੂੰ ਬਹੁਤ ਕੁਝ ਦਿੱਤਾ ਇੰਸਟੀਚਿਊਟ ਨੇ ਬਹੁਤ ਕੁਝ ਦਿੱਤਾ ਹੈ ਬਹੁਤ ਕੁਝ ਦਿੱਤਾ ਹੈ ਜਿਸ ਦੀ ਉਮੀਦ ਵੀ ਨਹੀਂ ਸੀ ਠੀਕ ਹੈ ਤਾਂ ਹੀ ਕਹਿਣਾ ਹੁਣਾ ਸਬਰ ਕਰ ਲਓ ਸਬਰ ਨਾਲ ਸਭ ਕੁਝ ਮਿਲ ਜਾਂਦਾ ਹੈ ਅਗਰ ਕਹੋਗੇ ਸਬਰ ਨਹੀਂ ਕਰਨਾ ਫਿਰ ਤਾਂ ਕਹਿ ਦਿਓ ਵੀ ਹੱਥ ਚਾਈ ਚੀਜ਼ ਵੀ ਪਿੱਛੇ ਚਲੀ ਜਾਂਦੀ ਹੁੰਦੀ ਹੈ ਠੀਕ ਹੈ ਤਾਂ ਹਰ ਕੰਮ ਦਾ ਇੱਕ ਸਮਾਂ ਹੁੰਦਾ ਹੈ ਟਾਈਮ ਲੱਗਦਾ ਹੈ ਠੀਕ ਹੈ ਤਾਂ ਕੋਸ਼ਿਸ਼ ਕਰ ਲਓ ਅੱਛਾ ਪੜੋ ਅੱਛਾ ਲਿਖੋ ਠੀਕ ਹੈ ਤੇ ਬਾਕੀ ਆਪਾਂ 7:30 ਵਜੇ ਜਿਹੜੀ ਮਾੜੀ-ਮੋਟੀ ਰਹਗੀ ਨਾ ਮਾੜੀ-ਮੋਟੀ ਰਹਗੀ ਉਹਪਰ 7:30 ਵਜੇ ਪੂਰੀ ਕਰ ਦਾਂਗੇ 7:30 ਵਜੇ ਮਾੜੀ ਮੋੜੀ ਰਹਿ ਗਈ ਤੁਹਾਡੀ ਉਹ 7:30 ਵਜੇ ਪੂਰੀ ਕਰ ਦਾਂਗੇ ਆਪਾਂ ਠੀਕ ਹੈ ਆ ਪਟਵਾਰੀ ਦਾ ਬੈਚ ਕੈਨਾ ਜੁਆਇਨ ਕਰ ਲੋ ਕਿਉਂਕਿ ਆਫਰ ਲਾਸਟ ਕੁਝ 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 ਦਿਨ ਹੀ ਬਚੇ ਨੇ ਕੁਝ ਦਿਨ ਹੀ ਬਚੇ ਨੇ ਬੇਟਾ ਆਫਰ ਨੂੰ ਆਫਰ ਨੂੰ ਕੁਝ ਦਿਨ ਹੀ ਬਚੇ ਨੇ ਸਾਢੇ 800 ਰੁਪਏ ਦਾ ਬੈਚ ਹੈ 800 ਰੁਪਏ ਦਾ ਬੈਚ ਬੇਟਾ 800 ਰੁਪਏ ਦਾ ਬੈਚ ਹੈ ਪਟਵਾਰੀ ਦਾ 26 ਤਰੀਕ ਤੱਕ ਜਿਹੜਾ ਹੈਗਾ 26 ਤਰੀਕ ਤੱਕ ਇਹ ਆਫਰ ਹੈਗਾ ਵੈਲਿਡ ਹੈਗਾ ਤੁਸੀਂ ਜੁਆਇਨ ਕਰ ਸਕਦੇ ਹੋ ਬੇਟਾ ਜੁਆਇਨ ਕਰ ਸਕਦੇ ਹੋ ਠੀਕ ਹੈ ਥੈਂਕ ਯੂ ਬੇਟਾ ਮਿਲਦੇ ਹਾਂ 7:30 ਵਜੇ ਤੇ 7:30 ਵਜੇ ਤੁਹਾਡੀ ਵਾਸਤੇ ਕੀ ਤਿਆਰ ਹੈ ਬੇਟਾ 9 ਨੰਬਰ ਜੁੱਤੀ ਹੁਣ 9 ਨੰਬਰ ਜੁੱਤੀ ਬਾਰੇ ਜਿੰਨੂੰ ਨਹੀਂ ਪਤਾ ਹੈ ਉਹ ਕਮੈਂਟ ਬਾਕਸ ਚ ਇੱਕ ਇੱਕ ਦੂਜੇ ਨੂੰ ਜਾਂ ਦੱਸ ਸਕਦਾ ਹੈ 9 ਨੰਬਰ ਜੁੱਤੀ ਤਿਆਰ ਬਰ ਤਿਆਰ ਹੈ ਬੇਟਾ ਕੀ ਇਹ ਤਿਆਰ ਹੈ 9 ਨੰਬਰ ਜੁੱਤੀ ਤਿਆਰ ਹੈ ਬੇਟਾ 7:30 ਵਜੇ 9 ਨੰਬਰ ਜੁੱਤੀ ਤਿਆਰ ਹੈ ਠੀਕ ਹੈ 7:30 ਵਜੇ ਠੀਕ ਹੈ ਚਲੋ ਬੇਟਾ ਮਿਲਦੇ ਆਂ ਫਿਰ 7:30 ਵਜੇ ਥੈਂਕ ਯੂ ਠੀਕ ਹੈ 7:30 ਵਜੇ ਆਪਣੀ ਕਲਾਸ ਹੈ ਕਿਸ ਚੀ ਦੀ ਕਲਾਸ ਹੈ ਆਪਣੀ ਪੰਜਾਬ ਜੀਕੇ ਦੀ ਕਲਾਸ ਹੈ ਬੇਟਾ ਪੰਜਾਬ ਜੀਕੇ ਦੀ ਕਲਾਸ ਹੈ ਠੀਕ ਹੈ ਆਪਾ ਹੋਵੋ ਸਾਰੇ ਜਣੇ ਆਪਣੀ ਔਕਾਤ ਵਿੱਚ ਰਹੋ ਚਲੋ ਜੀ ਇਹ ਤਾਂ ਇਹ ਇਹ ਕੱਲ ਨੂੰ ਬੈਚ ਲਾਉਣੀ ਹੋ ਇਹ ਕੱਲ ਨੂੰ ਜਿਹੜੇ ਹੈਗੇ ਨੇ ਉਹ ਉਹਦੇ ਵਾਸਤੇ ਨਹੀਂ ਆਉਂਦੇ ਹਨਾ ਸਬਰ ਕਰਿਆ ਕਰੋ ਸਬਰ ਚਲੋ ਭਾਈ ਬਾਏ ਬਾਏ ਮਿਲਦੇ ਆ ਕੱਲ ਨੂੰ ਫਿਰ ਕੱਲ ਨੂੰ ਨਹੀਂ 7:30 ਵਜੇ 7:30 ਵਜੇ ਮਿਲਣਾ ਆਪਾਂ 7:30 ਵਜੇ ਮਿਲਣਾ ਰਾਜੇ 7:30 ਵਜੇ ਮਿਲਣਾ ਹੈ ਠੀਕ ਹੈ ਆਫਲਾਈਨ ਬੈਚ ਹਬ ਹੋਰ ਸਟਾਰਟ ਹੋ ਗਿਆ ਜੀ ਨਹੀਂ ਰਾਜੇ ਹਬ ਹੋਰ ਸਟਾਰਟ ਹਬੋਰ ਜਿਹੜਾ ਹੈਗਾ ਹਬੋਰ ਬੈਚ ਨਹੀਂ ਹਬੋਰ ਆਨਲਾਈਨ ਬੈਚ ਮੁਹਾਲੀ ਚੱਲ ਰਿਹਾ ਹੈ ਆਫਲਾਈਨ ਬੈਚ ਵੀ ਮੁਹਾਲੀ ਹੈ ਆਫਲਾਈਨ ਬੈਚ ਵੀ ਮੁਹਾਲੀ ਬੇਟਾ ਆਫਲਾਈਨ ਬੈਚ ਵੀ ਮੁਹਾਲੀ ਹੈ ਬੇਟਾ ਆਫਲਾਈਨ ਬੈਚ ਵੀ ਮੁਹਾਲੀ ਇਹ ਵੀ ਚੀਜ਼ ਨੋਟ ਕਰ ਲਓ ਆਫਲਾਈਨ ਬੈਚ ਵੀ ਮੁਹਾਲੀ ਹੈ ਤੇ ਆਨਲਾਈਨ ਬੈਚ ਵੀ ਜਿਹੜਾ ਹੈਗਾ ਉਹ ਮੁਹਾਲੀ ਤੋਂ ਹੀ ਚੱਲਦਾ ਸਾਰਾ ਠੀਕ ਹੈ ਤਾਂ ਚੀਜ਼ ਨੋਟ ਕਰ ਲਓ ਰਾਜੇ ਠੀਕ ਹੈ ਚਲੋ ਥੈਂਕ ਯੂ ਬਾਏ ਬਾਏ ਮਿਲਦੇ ਆਂ ਫਿਰ ਆਪਾਂ ਆਪਣੀਆਂ ਨੈਕਸਟ ਕਲਾਸਸ ਵਿੱਚ ਚਲੋ ਬਈ ਬਾਏ ਬਾਏ